ਦੋਸਤੋ ਇੱਕ ਹੋਰ ਖਾਸ ਵੀਡੀਓ ਰਿਪੋਰਟ ਲੈ ਕੇ ਹਾਜ਼ਰ ਹਾਂ ਤੇ ਅੱਜ ਮੈਂ ਗੱਲ ਕਰਾਂਗਾ ਪੰਜਾਬ ਦੀ ਸਿਆਸਤ ਦੇ ਤਾਜ਼ਾ ਘਟਨਾਕ੍ਰਮ ਬਾਰੇ ਉਹ ਘਟਨਾਕ੍ਰਮ ਜਿਸ ਦਾ ਇੰਤਜ਼ਾਰ ਤੇ ਜਿਸ ਦੇ ਕयास ਪਿੱਛਤੇ ਕਈ ਮਹੀਨੇ ਤੋਂ ਲੱਗ ਰਹੇ ਸਨ ਕੁਮਰ ਵਿਜੇ ਪ੍ਰਤਾਪ ਸਿੰਘ ਦੀ ਸਿਆਸੀ ਪਾਰੀ ਦੀ ਸ਼ੁਰੂਆਤ ਕਿਵੇਂ ਹੋਣ ਜਾ ਰਹੀ ਹੈ ਇਸ ਦੀ ਇਸ ਦਾ ਅੰਦਾਜ਼ਾ ਸਾਹਮਣੂ ਲੱਗ ਚੁੱਕਾ ਸੀ ਕੁਮਰ ਵਿਜੇ ਪ੍ਰਤਾਪ ਹੋਣਾ ਵੱਲੋਂ ਜੋ ਬਿਆਨ ਲਗਾਤਾਰ ਦਿੱਤੇ ਜਾ ਰਹੇ ਸਨ ਉਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਲੜਫੜ ਲਿਆ अरविंद केजरीवाल आम आदमी पार्टी ते जेड़े ਆਗੂ ਹੈਗੇ ਨੇ ਉਹ ਦਿੱਲੀ ਤੋਂ ਆਏ ਤੇ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਇਸ ਚੀਜ਼ ਦਾ ਰਸਮੀ ਜਿਹੜਾ ਐਲਾਨ ਹੈ ਉਸ ਨੂੰ ਕੀਤਾ ਕੁਮਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਦੇ ਹੁਣ ਇੱਕ ਲੀਡਰ ਹੈਗੇ ਨੇ ਤੇ 2022 ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਜੋ ਕਿ ਆਪਣੀ ਤਰ ਲਈ ਸਿਆਸੀ ਚਿਹਰੇ ਤਲਾਸ਼ ਦੀ ਫਿਰ ਰਹੀ ਹੈ ਉਹ ਚਿਹਰੇ ਉਹ ਚੰਗੇ ਅਕਸ ਵਾਲੇ ਕਿਰਦਾਰ ਜਿਸ ਦੀ ਕੀ ਤਲਾਸ਼ ਆਮ ਆਦਮੀ ਪਾਰਟੀ ਨੂੰ ਹੈ ਜਿਸ ਉੱਤੇ ਕੀ ਅਕਸਰ ਤਮਤੇ ਲੱਗਦੀ ਹੈ ਵੀ ਉਹਨਾਂ ਕੋਲ ਪੰਜਾਬ ਦੇ ਵਿੱਚ ਪੰਜਾਬ ਦੇ ਸਿਆਸੀ ਹਾਲਾਤ ਦੇ ਵਿੱਚ ਕਿਸੇ ਵੀ ਵੱਡੀ ਸਿਆਸੀ ਪਾਰਟੀ ਨੂੰ ਚੁਣੌਤੀ ਦੇਣ ਲਈ ਕੋਈ ਵੱਡਾ ਚਿਹਰਾ ਨਹੀਂ ਹੈ ਬੇਸ਼ੱਕ ਭਗਵੰਤ ਮਾਨ ਜਾਂ ਐਸੇ ਹੋਰ ਬਹੁਤ ਸਾਰੇ ਲੀਡਰ ਹੈਗੇ ਨੇ ਲੇਕਿਨ ਆਮ ਆਦਮੀ ਪਾਰਟੀ ਕੋਲ ਕੋਈ ਐਸਾ ਚਿਹਰਾ ਨਹੀਂ ਹੈ ਜੋ ਕਿ ਇੱਕ ਮੁੱਖ ਮੰਤਰੀ ਪਦ ਦਾ ਦਾਵੇਦਾਰ ਹੋਵੇ ਪਾਰਟੀ ਦੇ ਵਿੱਚ ਹੀ ਸੋ ਇਹਨਾਂ ਹਾਲਾਤਾਂ ਦੇ ਵਿੱਚ ਪਾਰਟੀ ਦੀ ਪਾਲ ਤੇ ਜਿਹੜੀ ਇਸ ਤਰੀਕੇ ਦੀ ਟੈਲੈਂਟ ਹੰਟ ਹੈ ਉਹ ਬੀਤੇ ਕਈ ਸਾਲਾਂ ਤੋਂ ਚੱਲ ਰਹੀ ਹੈ 2017 ਦੇ ਚੋਣਾਂ ਦੇ ਵਿੱਚ ਵੀ ਪਾਰਟੀ ਨੇ ਕਈ ਐਸੇ ਚਿਹਰੇ ਨੂੰ ਅੱਗੇ ਉਭਾਰਿਆ ਸੀ ਜਿਨ੍ਹਾਂ ਦਾ ਅਕਸ ਅੱਛਾ ਸੀ ਚੰਗਾ ਸੀ ਕੁਝ ਰਿਟਾਇਰਡ ਬਿਊਰੋਕਰੇਟ ਸ਼ਾਮਿਲ ਸਨ ਕੁਝ ਪੱਤਰਕਾਰ ਸਨ ਜੋ ਕਿ ਬਾਦ ਦੇ ਵਿੱਚ ਐਮ ਐਲ ਏ ਵੀ ਬਣੇ ਕਮਰ ਸੰਧੂ ਵਰਗੇ ਸੋ ਉਸੇ ਲੜੀ ਨੂੰ ਆਮ ਆਦਮੀ ਪਾਰਟੀ ਨੇ ਅੱਗੇ ਤੋਰਿਆ ਤੇ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਆਪਣੇ ਨਾਲ ਜੋੜ ਲਿਆ ਲੇਕਿਨ ਇਹ ਜਿਹੜੀ ਪੂਰਾ ਘਟਨਾ ਕਰਮ ਹੈ ਸਾਨੂੰ ਕਈ ਅਹਿਮ ਗੱਲਾਂ ਉੱਤੇ ਵਿਚਾਰ ਕਰਨ ਦੀ ਮਜਬੂਰ ਵੀ ਕਰਦਾ ਹੈ ਤੇ ਸਮਝਣ ਦੀ ਇਹ ਵੀ ਗੱਲ ਹੈ ਵੀ ਅੱਜ ਜਦੋਂ ਇਹ ਘਟਨਾ ਕਰਮ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ ਤਾਂ ਅਸੀਂ ਥੋੜਾ ਜਿਹਾ ਕੋਖਣ ਦੀ ਵੀ ਕੋਸ਼ਿਸ਼ ਕਰਦੇ ਹਾਂ ਵੀ ਜਿਹੜੇ ਬਿਊਰੋਕਰੈਟਸ ਹੁੰਦੇ ਨੇ ਜਾਂ ਫਿਰ ਪੁਲਿਸ ਅਫਸਰ ਹੁੰਦੇ ਨੇ ਯਾਨੀ ਕਿ ਜੋ ਸਰਕਾਰੀ ਨੌਕਰ ਹੈਗੇ ਨੇ ਪਬਲਿਕ ਸਰਵੈਂਟਸ ਹੈਗੇ ਨੇ ਸਿਵਲ ਸਰਵਿਸਿਜ਼ ਦੇ ਵਿੱਚ ਰਹੇ ਹੈਗੇ ਨੇ ਦਹਾਕਿਆਂ ਦਹਾਕਿਆਂ ਤੱਕ ਉਹਨਾਂ ਨੇ ਬਤੌਰ ਸਿਵਲ ਸਰਵੈਂਟਸ ਆਪਣੀ ਕੁਰਸੀਆਂ ਤੇ ਅਫਸਰਾਂ ਵਾਂਗ ਬੈਠ ਕੇ ਇੱਕ ਤਰੀਕੇ ਦਾ ਰਾਜ ਹੀ ਸੂਬੇ ਵਿੱਚ ਕੀਤਾ ਹੁੰਦਾ ਹੈ ਆਖਿਰ ਉਹਨਾਂ ਦੇ ਵਿੱਚ ਕਿਉਂ ਇੰਨੀ ਲਾਲਸਾ ਵੀ ਹੁੰਦੀ ਹੈ ਤੇ ਇਸ ਚੀਜ਼ ਦੀ ਤਾਂਗ ਵੀ ਹੁੰਦੀ ਹੈ ਵੀ ਉਹ ਪਬਲਿਕ ਲਾਈਫ ਦੇ ਵਿੱਚ ਜਾਣ ਤੇ ਇਲੈਕਟੋਰਲ ਲਾਈਫ ਦੇ ਵਿੱਚ ਜਾਂ ਚੋਣਾਂ ਦੇ ਵਿੱਚ ਨਿਤਰਨ ਪੋਲਿਟਿਕਸ ਦੇ ਵਿੱਚ ਆਣਾ ਇਹ ਇੱਕ ਲੰਮਾ ਚੌੜਾ ਸਿਲਸਿਲਾ ਹੈ ਤੇ ਇਸ ਚੀਜ਼ ਦੀ ਜਿਹੜੀ ਐਕਸਪਲੇਨੇਸ਼ਨ ਹੈ ਬਹੁਤ ਔਖੀ ਹੈ ਕਿਉਂਕਿ ਐਸੇ ਮੈਂ ਬਹੁਤ ਸੇ ਵੱਡੇ ਵੱਡੇ ਅਫਸਰ ਦੇਖੇ ਨੇ ਬਹੁਤ ਸੇ ਵੱਡੇ ਵੱਡੇ ਬਿਊਰੋਕਰੇਟਸ ਦੇਖੇ ਨੇ ਜਿਨ੍ਹਾਂ ਦੇ ਸਾਹਮਣੇ ਐਮਐਲਏਜ਼ ਲਾਈਨਾਂ ਲਗਾ ਕੇ ਖੜੇ ਰਹਿੰਦੇ ਰਹੇ ਨੇ ਜਦੋਂ ਕਿ ਉਹ ਆਪਣੇ ਅਹੁਦਿਆਂ ਤੇ ਬੈਠੇ ਹੁੰਦੇ ਨੇ ਕਈ ਐਸੇ ਚੀਫ ਸਕੱਤਰ ਜਾਂ ਪ੍ਰਿੰਸੀਪਲ ਸਕੱਤਰ ਟੂ ਚੀਫ ਮਿਨਿਸਟਰ ਇਸ ਲੈਵਲ ਦੇ ਵੀ ਅਫਸਰ ਬਾਅਦ ਦੇ ਵਿੱਚ ਉਤਰ ਕੇ ਇੱਕ ਐਮਐਲਏ ਦੀ ਚੋਣ ਲਈ ਇੱਕ ਐਮਐਲਏ ਦਾ ਟਿਕਟ ਹਾਸਲ ਕਰਨ ਲਈ ਤਰਲੋ ਮੱਛੀ ਹੁੰਦੇ ਆਪਣੇ ਕਰੀਅਰ ਦੇ ਵਿੱਚ ਮੈਂ ਬਹੁਤ ਦੇਖੇ ਨੇ ਇਹ ਅਜਿਹੀ ਲੰਬੀ ਚੌੜੀ ਸੂਚੀ ਹੈ ਉਹਦਾ ਵੀ ਥੋੜਾ ਬਹੁਤ ਜ਼ਿਕਰ ਆਪਾਂ ਜ਼ਰੂਰ ਕਰ ਲਾਂਗੇ ਲੇਕਿਨ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਆਮ ਆਦਮੀ ਪਾਰਟੀ ਵਿੱਚ ਜਾਣਾ ਕਈ ਡਾਈਮੈਂਸ਼ਨਸ ਨੂੰ ਬਦਲਦਾ ਹੈ ਕਿਉਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਐਸੇ ਵਾਹਦ ਉਹ ਅਫਸਰ ਹੈਗੇ ਨੇ ਜੋ ਕਿ ਇੱਕ ਬਹੁਤ ਵੱਡੇ ਈਸ਼ੂ ਤੋਂ ਜੋ ਕਿ ਇੱਕ ਬਹੁਤ ਇਮੋਸ਼ਨਲ ਇੱਕ ਭਾਵਨਾਤਮਕ ਈਸ਼ੂ ਹੈ ਬੇਦਮਿਆ ਦੇ ਨਾਲ ਜੁੜੇ ਹੋਏ ਮੁੱਦਿਆਂ ਦੀ ਪਰਤਾਲ ਤੇ ਪਰਤਾਲ ਦੇ ਵੀ ਜਿਹੜੇ ਵਿਵਾਦ ਖੜੇ ਹੋਏ ਉਹਨਾਂ ਦੇ ਉੱਤੇ ਜਿਸ ਤਰੀਕੇ ਦੀ ਤੌਮਤਾ ਉਸ ਧਿਰ ਨੇ ਲਾਈਆਂ ਜੋ ਕਿ ਇਹਨਾਂ ਮਾਮਲਿਆਂ ਦੇ ਵਿੱਚ ਮੁੱਖ ਦੋਸ਼ੀ ਜਾਂ ਮਲਜ਼ਮ ਜਮਾਤ ਵੱਲੋਂ ਸਮਝੀਆਂ ਜਾ ਰਹੀਆਂ ਸਨ ਜਿਸ ਦੇ ਵਿੱਚ ਕੀ ਬਾਲਾ ਦਾ ਪਰਿਵਾਰ ਮੰਨਿਆ ਜਾ ਰਿਹਾ ਸੀ ਤਾਂ ਉਹਨਾਂ ਦੇ ਨਾਲ ਦੀ ਜੁੜਦੀ ਹੋਰ ਲੀਡਰਸ਼ਿਪ ਜਿਨ੍ਹਾਂ ਨੇ तमाम ਹਰ ਲੈਵਲ ਤੇ ਜਾ ਕੇ ਮੁਖਾਲਫਤ ਕੀਤੀ ਕੁਮਰ ਵਿਜੇ ਪ੍ਰਤਾਪ ਦੀ ਉਸ ਦੇ ਸਿੱਟ ਦੀ ਕੁਮਰ ਵਿਜੇ ਪ੍ਰਤਾਪ ਦੇ ਕੰਮ ਕਰਨ ਦੇ ਤਰੀਕੇ ਦੀ ਉਸ ਤੋਂ ਪਹਿਲਾਂ ਜਸਟਿਸ ਅਜੀਤ ਸਿੰਘ ਉਹਨਾਂ ਦੇ ਖਿਲਾਫ ਵੀ ਬਾਦਲਾ ਨੇ ਬਹੁਤ ਜ਼ਿਆਦਾ ਜਿਹੜੇ ਤਿੱਖੇ ਬਿਆਨਬਾਜ਼ੀ ਤੇ ਉਹਨਾਂ ਦਾ ਬੜਾ અપਮਾਨ ਕੀਤਾ ਸੋ ਬੇਅਦਬੀ ਮੁੱਦੇ ਨਾਲ ਜੁੜੇ ਹੋਏ तमाम ਜੱਜਾਂ ਅਫਸਰਾਂ ਦੇ ਉੱਤੇ ਤੌਮਤਾ ਲਾਨ ਦੂਸ਼ਣ ਲਾਨ ਤੋਂ ਇਲਾਵਾ ਅਕਾਲੀ ਦਲ ਨੇ ਬੀਤੇ ਕਈ ਮਹੀਨਿਆਂ ਸਾਲਾਂ ਦੇ ਵਿੱਚ ਕੁਝ ਕੀਤਾ ਜ਼ਿਆਦਾ ਨਹੀਂ ਹੈ ਲੇਕਿਨ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਕੇਸ ਇੱਕ ਖਾਸ ਕੇਸ ਹੈ ਮੈਂ ਇਸ ਤੋਂ ਪਹਿਲਾਂ ਦੱਸ ਦਿੰਨਾ ਵੀ ਪੰਜਾਬ ਦੇ ਵਿੱਚੋਂ ਬਹੁਤ ਐਸੇ ਸਿਵਲ ਸਰਵੰਟ ਨੇ ਤੇ ਬਹੁਤ ਸੇ ਐਸੇ ਸਿਵਲ ਸਰਵੰਟ ਮੈਂ ਦੇਖੇ ਨੇ ਜੋ ਕਿ ਕਾਮਯਾਬ ਨਹੀਂ ਹੋ ਪਾਏ आ, ऐसे बहुत से आईएएस रिटायर्ड अफसर रहे ऐसे बहुत से आईपीएस भी रहे हो सकते हैं जिन्होंने कि अपनी सियासी पारी खेड़नी चाही लेकिन इलेक्टोरल पॉलिटिक्स के बीच चुनाव की राजनीति ने उन्हें दा साथ नहीं देता तो वो अपने इलेक्शन भी नहीं जीत सके आ, सो मच शो भी उन्हें कोई ज्यादा बड़ी कामयाबी हासिल नहीं हो पाई इस दे बीच कई ऐसे नाम हैगे ने जिन्ना नु कि मैं लांगा आ, एक राजदीप सिंह गिल होया करते सन पंजाब दे एक डीजीपी जो कि औदे तो रिटायर होए सन ਉਹਨਾਂ ਨੇ ਕਿ ਐਮਐਲਏ ਦਾ ਚੋਣ ਲੜਿਆ ਉਹ ਚੋਣ ਹਾਰ ਗਏ ਅ ਦਰਬਾਰਾ ਸਿੰਘ ਗੁਰੂ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਰਹੇ ਨੇ ਬਹੁਤ ਲੰਮਾ ਚੌੜਾ ਸਮਾਂ ਤੇ ਉਹਨਾਂ ਨੇ ਪਾਵਰ ਨੂੰ ਖੂਬ ਇੰਜੋਏ ਕੀਤਾ 10 ਸਾਲ ਲਗਾਤਾਰ ਜਿਹੜੀ ਬਾਦਲ ਦੀ ਸਰਕਾਰ ਰਹੀ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਰਹੇ ਦਰਬਾਰਾ ਸਿੰਘ ਗੁਰੂ ਬਹੁਤ ਨੇੜਾ ਨੇੜਲੇ ਪਦਰ ਤੇ ਉਹਨਾਂ ਨਾਲ ਬਤੌਰ ਪ੍ਰਿੰਸੀਪਲ ਸੈਕਟਰੀ ਜੁੜੇ ਰਹੇ ਲੇਕਿਨ ਬਾਅਦ ਵਿੱਚ ਉਹਨਾਂ ਨੇ ਵੀ ਆਪਣੀ ਸਿਆਸੀ ਜਿਹੜੀ ਤਕਦੀਰ ਸੀ ਉਸ ਨੂੰ ਚੋਣ ਅਖਾੜੇ ਦੇ ਵਿੱਚ ਅਜ਼ਮਾਨ ਦੀ ਕੋਸ਼ਿਸ਼ ਕੀਤੀ ਤੇ ਉਸ ਦੇ ਵਿੱਚ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ हार के भी बह गए सो इस किस्म के लगातार बहुत से ऐसे फेलेयोर्स है ने। उस तो बादवर विजय प्रताप सिंह दूर मैदान उतरना लोगों के मना कई किस्म के सवाल हो सकते हैं भी कि कामयाब होने लेकिन कई एडवाटेजिस्टे कुंवर विजय प्रताप में ने, लेकिन उस तो पहला मैं कुछ कामयाब लीडर का भी मैं जिक्र करना चाहा यह बहुत जरूरी है कि कुंवर विजय प्रताप से आप थोड़ी होर गेरवे सहित करा लेकिन ऐसे बहुत से ਲੀਡਰ ਹੈਗੇ ਨੇ ਆਜੀ ਤਰੀਕ ਦੇ ਵਿੱਚ ਕੇਂਦਰ ਦੇ ਵਜ਼ੀਰ ਵੀ ਹੈਗੇ ਨੇ ਮੈਂਬਰ ਪਾਰਲੀਮੈਂਟਸ ਵੀ ਹੈਗੇ ਨੇ ਜੋ ਕਿ ਸਿਵਲ ਸਰਵੈਂਟਸ ਰਹੇ ਹੈਗੇ ਨੇ ਤੇ ਪਬਲਿਕ ਸਰਵਿਸ ਦੇ ਵਿੱਚ ਪੰਜਾਬ ਨੂੰ ਬਣਾਇਆ ਜਾਣ ਜਾਂ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਵਿਕਾਸ ਪੱਖੋਂ ਜਾਂ ਚੰਡੀਗੜ੍ਹ ਦੇ ਵਿਕਾਸ ਪੱਖੋਂ ਸ਼ੁਰੂਆਤ ਤਾਂ ਉਸ ਸਿਵਲ ਸਰਵੈਂਟ ਜਾਂ ਬਿਊਰੋਕਰੇਟ ਦੇ ਨਾਲ ਹੋ ਜਾਂਦੀ ਹੈ ਡਾਕਟਰ ਐਮ ਐਸ ਰੰਦਾਵਾ ਜੋ ਕਿ ਇੱਕ ਆਈਕੋਨਿਕ ਫਿਗਰ ਸਨ ਖੁਦ ਇੱਕ ਸਿਵਲ ਸਰਵੈਂਟ ਸਨ ਬਹੁਤ ਹੀ ਅਹਿਮ ਭੂਮਿਕਾਵਾਂ ਦੇ ਵਿੱਚ ਉਹ ਰਹੇ ਮੜਵਸੇ ਵਿੱਚ ਪਾਰਟੀਸ਼ਨ ਤੋਂ ਬਾਅਦ ਮੜਵਸੇ ਵਿੱਚ ਦੇ ਕਮਿਸ਼ਨਰ ਦੇ ਰੂਪ ਵਿੱਚ ਉਹਨਾਂ ਦੀ ਰੋਲ ਸੀਗਾ ਕੇਂਦਰ ਸਰਕਾਰ ਦੇ ਨਾਲ ਬਹੁਤ ਨੇੜਤਾ ਤੋਂ ਜੁੜੇ ਰਹੇ ਫਿਰ ਖੇਤੀਬਾੜੀ ਜਾਂ ਗ੍ਰੀਨ ਰੈਵੋਲੂਸ਼ਨ ਜਿਹੜਾ ਆਂਦਾ ਹੈ ਉਸ ਦੇ ਵਿੱਚ ਇੰਡੀਅਨ ਕਾਉਂਸਲ ਫਾਰ ਐਗਰੀਕਲਚਰ ਰਿਸਰਚ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਸੀ ਸੋ ਬਹੁਤ ਕੁਝ ਕਰ ਸਕਦੇ ਨੇ ਅਫਸਰ ਤੇ ਹੋਰ ਸਿਵਲ ਸਰਵੰਟ ਜੇ ਸਹੀ ਤਰੀਕੇ ਨਾਲ ਪਬਲਿਕ ਲਾਈਫ ਦੇ ਵਿੱਚ ਇੱਕ ਸਹੀ ਪੋਜ਼ਿਟਿਵ ਸੋਚ ਲੈ ਕੇ ਤੁਰਨ ਡਾਕਟਰ ਅਮੇਸ਼ ਰੰਦਾਵਾ ਉਹ ਸ਼ੁਰੂਆਤ ਸੀ ਹਾਲਾਂਕਿ ਉਹਨਾਂ ਨੇ ਇੱਕ ਪੋਲਿਟਿਕਲ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਕਦਮ ਨਹੀਂ ਰੱਖਿਆ ਲੇਕਿਨ ਉਹ ਅੱਜ ਵੀ ਇੱਕ ਚਾਨਣ ਮੁਨਾਰਾ ਹੋ ਸਕਦੇ ਨੇ ਐਸੇ ਉਹਨਾਂ तमाम ਅਫਸਰਾਂ ਦਾ ਜੋ ਕਿ ਸਿਆਸੀ ਪਾਰੀ ਖੇਡਣਾ ਚਾਹ ਰਹੇ ਹੈਗੇ ਨੇ ਤੇ ਸਿਆਸੀ ਪਾਰੀ ਖੇਡਣ ਦਾ ਮਕਸਦ ਇੱਕ ਚੋਣ ਜਿੱਤ ਕੇ ਐਮਐਲਏ ਬਣ ਲੈਣਾ ਉਹ ਸਹੂਲਤਾਂ ਹਾਸਲ ਕਰ ਲੈਣਾ ਜਾਂ ਫਿਰ ਜੇ ਦਾਅ ਲੱਗ ਗਿਆ ਤਾਂ ਮੰਤਰੀ ਬਣ ਜਾਣਾ ਇਹ ਨਹੀਂ ਹੋਣਾ ਚਾਹੀਦਾ ਬਲਕਿ ਇੱਕ ਐਸੇ ਕਿਸਮ ਇੱਕ ਐਸੇ ਵੱਡੇ ਪੱਧਰ ਦਾ ਵਿਆਪਕ ਵਿਕਾਸ ਜਾਂ ਲੋਕਾਂ ਦੀ ਜ਼ਿੰਦਗੀਆਂ ਨੂੰ ਬਦਲਣ ਦਾ ਉਹ ਜਿਹੜਾ ਤਈਆ ਹੈ ਉਹ ਮਨ ਦੇ ਵਿੱਚ ਹੋਣਾ ਚਾਹੀਦਾ ਜੋ ਕਿ ਆਪਣੇ ਅਹੁਦਿਆਂ ਤੇ ਰਹਿੰਦੇ ਹੋਏ ਅਫਸਰ ਨਹੀਂ ਕਰ ਪਾਏ ਕਿਉਂ ਨਹੀਂ ਕਰ ਪਾਏ ਇਹ ਇੱਕ ਅਗਲਾ ਸਵਾਲ ਹੈ ਲੇਕਿਨ ਇਰਾਦਾ ਕਟੋਕਟੇ ਜ਼ਰੂਰ ਹੋਣਾ ਚਾਹੀਦਾ ਹੈ ਐਸੀਆਂ ਮਿਸਾਲਾਂ ਦੀ ਮੈਂ ਗੱਲ ਕੀਤੀ ਸੀ ਉਸ ਦੇ ਵਿੱਚ ਇਸ ਵਕਤ ਜਿਹੜੇ ਯੂਨੀਅਨ ਦੋ ਯੂਨੀਅਨ ਮਿਨਿਸਟਰ ਆਫ ਸਟੇਟ ਹੈਗੇ ਨੇ ਯਾਨੀ ਕਿ ਮੋਦੀ ਸਰਕਾਰ ਦੇ ਵਿੱਚ ਦੋ ਮੰਤਰੀ ਹੈਗੇ ਨੇ ਹਰਦੀਪ ਪੂਰੀ ਜਿਨ੍ਹਾਂ ਨੂੰ ਕਿ ਐਮਬੈਸਡਰ ਤੋਂ ਚੋਣ ਲੜਵਾਇਆ ਗਿਆ ਉਹ ਚੋਣ ਹਾਰ ਵੀ ਗਏ ਲੇਕਿਨ ਇਸ ਦੇ ਬਾਵਜੂਦ ਉਹਨਾਂ ਨੂੰ ਯੂਨੀਅਨ ਮਿਨਿਸਟਰ ਆਫ ਸਟੇਟ ਫਾਰ ਸਿਵਲ ਐਵੀਏਸ਼ਨ ਨਾਤਾ ਗਿਆ ਇੱਕ ਬਹੁਤ ਵੱਡਾ ਤੇ ਬਹੁਤ ਪਾਵਰਫੁਲ ਮਕਮਾ ਤੇ ਮੋਦੀ ਸਰਕਾਰ ਦੇ ਵਿੱਚ रिटायर्ड ब्यूरोक्रेट्स ਨੂੰ ਬਹੁਤ ਜ਼ਿਆਦਾ ਥਾਂ ਦਿੱਤੀ ਜਾਂਦੀ ਹੈ ਮਾਤਵ ਦਿੱਤਾ ਜਾਂਦਾ ਤੇ ਬਹੁਤ ਸੇ ਐਸੇ ਜਿਹੜੇ ਜਿਹੜੇ ਰਿਟਾਇਰਡ ਬਿਊਰੋਕਰੇਟਸ ਨੂੰ મોદી ਨੇ ਆਪਣੀ ਸਰਕਾਰ ਦੇ ਵਿੱਚ ਲਿਆਏ ਤੇ ਉਹਨਾਂ ਦੀ ਦੇਖੋ ਦੇਖੀ ਹੀ ਬਹੁਤ ਸੇ ਐਸੀ ਸਟੇਟ ਗਵਰਨਮੈਂਟਸ ਵੀ ਫਾਲੋ ਕਰ ਰਹੀਆਂ ਨੇ ਪਹਿਲਾਂ ਤੋਂ ਵੀ ਫਾਲੋ ਕਰਦੀਆਂ ਆਏ ਨੇ ਸੋ ਇੱਕ ਪਾਸੇ ਹਰਦੀਪ ਪੂਰੀ ਹੈਗੇ ਨੇ ਜੋ ਕਿ ਪੋਲੀਟੀਸ਼ੀਅਨ ਤਾਂ ਪੂਰੇ ਮੁਕੰਮਲ ਤੌਰ ਤੇ ਨਹੀਂ ਬਣ ਪਾਇਆ ਲੇਕਿਨ ਕੇਂਦਰ ਦੇ ਵਿੱਚ ਵਜ਼ੀਰ ਹੈਗੇ ਨੇ ਕਾਫੀ ਚੰਗਾ ਉਹਨਾਂ ਦਾ ਜਿਹੜਾ ਟਿਨਿਓਰ ਹੈਗਾ ਚੱਲਦਾ ਪਿਆ ਉਹਨਾਂ ਕੋਲ ਬਹੁਤ ਹੀ ਇੰਪੋਰਟੈਂਟ ਮਹਿਕਮਾ ਹੈਗਾ ਸਿਵਲ ਲਿਵੀਏਸ਼ਨ ਦਾ ਇਸੇ ਲੜੇ ਵਿੱਚ यूनियन मिनिस्टर ऑफ स्टेट ਹੈਗੇ ਨੇ ਇਸ ਵਕਤ ਯਾਨੀ ਕਿ ਕੇਂਦਰ ਦੇ ਵਿੱਚ ਬਹੁਤ ਅਹਿਮ ਮਹਿਕਮਾ ਨਾਲ ਹੈਗਾ ਤੇ ਸੋਮ ਪ੍ਰਕਾਸ਼ ਵੀ ਇੱਕ ਰਿਟਾਇਰਡ ਬਿਊਰੋਕਰੇਟ ਹੈਗੇ ਨੇ ਸਿਵਲ ਸਰਵੰਟ ਰਹੇ ਹੈਗੇ ਨੇ ਪੰਜਾਬ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਬਹੁਤ ਸਿਆਸੇ ਕ੍ਰਿਟੀਕਲ ਮਹਿਕਮੇਸਨ ਜਿੱਥੇ ਉਹ ਕਾਬਜ਼ ਰਹੇ ਬਤੌਰ ਸਟੇਟ ਅਫਸਰ ਉਪੂਡਾ ਦੇ ਵਿੱਚ ਸਨ ਤੇ ਹੋਰ ਵੀ ਕਈ ਥਾਵਾਂ ਤੇ ਬਤੌਰ ਕਲੈਕਟਰ ਜਾਂ ਹੋਰ ਐਸੀ ਭੂਮਿਕਾਵਾਂ ਦੇ ਵਿੱਚ ਰਹੇ ਸੋ ਸੋਮ ਪ੍ਰਕਾਸ਼ ਇੱਕ ਸਕਸੈਸ ਸਟੋਰੀ ਹੈ ਜੋ ਕਿ ਹੁਸ਼ਿਆਰਪੁਰ ਤੋਂ ਪਹਿਲਾਂ ਪਾਰਲੀਮੈਂਟ ਦਾ ਚੋਣ ਹਾਰ ਕੇ ਸਨ ਫਿਰ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਬਤੌਰੀ ਕ ਐਮ ਐਲ ਏ ਪਹਿਲਾਂ ਚੁਣੇ ਗਏ ਤੇ ਉਸ ਤੋਂ ਬਾਅਦ ਜਦੋਂ ਹੁਣ 2019 ਦੀਆਂ ਚੋਣਾਂ ਆਈਆਂ ਤਾਂ ਉਹਨਾਂ ਨੇ ਆਪਣਾ ਅਸਤੀਫਾ ਦੇ ਕੇ ਵਿਧਾਨ ਸਭਾ ਤੋਂ ਚੋਣ ਲੜੀ ਹੁਸ਼ਾਰਪੁਰ ਤੋਂ ਤੇ ਉਹ ਜਿੱਤ ਜੇਤੂ ਰਹੇ ਉਸ ਤੋਂ ਬਾਅਦ ਉਹਨਾਂ ਨੂੰ ਜਿਹੜਾ ਮਹਿਕਮਾ ਦਿੱਤਾ ਜਾਂਦਾ ਸੋ ਕਾਫੀ ਐਲੀਵੇਸ਼ਨ ਉਹਨਾਂ ਦੀ ਮੰਨੀ ਜਾ ਸਕਦੀ ਹੈ ਤੇ ਦੂਸਰੀ ਸਕਸੈਸ ਸਟੋਰੀ ਹੋ ਗਈ ਸੋ ਦੋ ਜਿਹੜੇ ਬਿਊਰੋਕਰੇਟ ਹਰਦੀਪ ਪੂਰੀ ਤੇ ਸੋਮ ਸੋਮ ਪ੍ਰਕਾਸ਼ ਹੈਗੇ ਨੇ ਉਹਨਾਂ ਤੋਂ ਬਾਅਦ ਅਗਲੀ ਜਿਹੜੇ ਬਿਊਰੋਕਰੇਟ ਜੋ ਇਸ ਵਕਤ ਮੈਂਬਰ ਪਾਰਲੀਮੈਂਟ ਹੈਗੇ ਨੇ ਕਾਂਗਰਸ ਦੇ ਡਾਕਟਰ ਅਮਰ ਸਿੰਘ ਹੈਗੇ ਨੇ ਜੋ ਕਿ ਖੁਦ ਵੀ ਇੱਕ ਬਿਊਰੋਕਰੇਟ ਕੰਮ ਕੀਤਾ ਤੇ ਬਾਅਦ ਦੇ ਵਿੱਚ ਇਲੈਕਸ਼ਨ ਲੜੇ ਫਤਿਹਗੜ ਸਾਹਿਬ ਤੋਂ 2019 ਦਾ ਪਾਰਲੀਮੈਂਟ ਦਾ ਚੋਣ ਉਹ ਜੇਤੂ ਹੋ ਕੇ ਅਜੀ ਮੈਂਬਰ ਪਾਰਲੀਮੈਂਟ ਹੈਗੇ ਨੇ ਸੋ ਸਕਸੈਸ ਸਟੋਰੀਜ਼ ਵੀ ਬਹੁਤ ਹੈਗੇ ਨੇ ਐਸਾ ਨਹੀਂ ਹੈ ਵੀ ਜਿਹੜੇ ਸਿਵਲ ਸਰਵੰਟ ਜਿਨ੍ਹਾਂ ਵਿੱਚ ਮੈਂ ਪਹਿਲਾਂ ਆਰਐਸ ਗਿੱਲ ਦੀ ਗੱਲ ਕੀਤੀ ਦਰਬਾਰਾ ਸਿੰਘ ਗੁਰੂ ਦੀ ਗੱਲ ਕੀਤੀ ਐਸਰ ਕਲੇਰ ਦੀ ਗੱਲ ਕੀਤੀ ਹੋਰ ਐਸੇ ਬਹੁਤ ਸੇ ਜਿਹੜੇ ਲੋਕ ਹੈਗੇ ਨੇ ਜੋ ਬਿਊਰੋਕਰੇਟ ਹੈਗੇ ਨੇ ਜੋ ਕਿ ਚਾਵਾਨ ਹੈਗੇ ਨੇ ਅਜੀ ਤਰੀਕ ਦੇ ਵਿੱਚ ਵੀ ਐਸੇ ਬਹੁਤ ਸੇ ਰਿਟਾਇਰਡ ਆਈਪੀਐਸ ਅਫਸਰ ਹੈਗੇ ਨੇ ਇਕਬਾਲ ਸਿੰਘ ਲਾਲਪੁਰਾ ਤੋਂ ਲੈ ਕੇ ਸਰਵਨ ਸਿੰਘ ਚੰਨੀ ਤੱਕ ਜੋ ਕਿ ਭਾਰਤੀ ਜਨਤਾ ਪਾਰਟੀ ਦੇ ਵੀ ਸ਼ਾਮਲ ਹੋ ਚੁੱਕੇ ਨੇ ਕਿਤੇ ਨਾ ਕਿਤੇ ਹਰ ਆਦਮੀ ਦੇ ਮਨ ਦੇ ਵਿੱਚ ਉਹ ਸਿਆਸੀ ਖੁਆਬ ਜਿਹੜੇ ਹੈਗੇ ਨੇ ਉਹ ਜ਼ਰੂਰ ਰਹਿੰਦੇ ਹੈਗੇ ਨੇ ਸੀਨੀਅਰ ਅਧਿਕਾਰਧਾਰੀ ਆਈਪੀਐਸ ਅਫਸਰ ਰਹੇ ਤੇ ਐਸਐਸ ਚੰਨੀ ਵੀ ਪ੍ਰਿੰਸੀਪਲ 70 ਤੱਕ ਗਏ ਸੋ ਬਹੁਤ ਸੀਨੀਅਰ ਜਿਹੜੇ ਬਿਊਰੋਕਰੇਟ ਹੈਗੇ ਨੇ ਜੋ ਕਿ ਲਾਈਨ ਲਗਾ ਕੇ ਬੈਠੇ ਨੇ ਵੀ ਆਪਣੀ ਸਿਆਸੀ ਪਾਰੀ ਦੀ ਸ਼ੁਰੂਆਤ ਕਰੀਏ ਲੇਕਿਨ ਸਕਸੈਸ ਸਟੋਰੀਜ਼ ਕੱਟ ਰਹੀਆਂ ਨੇ ਲੇਕਿਨ ਜਿਹੜੀਆਂ ਰਹੀਆਂ ਨੇ ਉਹ ਵੀ ਕਾਫੀ ਹੱਦ ਤੱਕ ਇੱਕ ਉਤਸ਼ਾਹ ਪੈਦਾ ਕਰਦੀਆਂ ਨੇ ਉਹਨਾਂ तमाम ਆਈਐਸ ਅਫਸਰਾਂ ਦੇ ਵਿੱਚ ਜਾਂ ਆਈਪੀਐਸ ਅਫਸਰਾਂ ਦੇ ਵਿੱਚ ਜੋ ਕਿ ਸਿਆਸੀ ਪਾਰੀ ਵਿੱਚ ਕੁੱਦਣਾ ਚਾਹੁੰਦੇ ਨੇ ਲੇਕਿਨ ਥੋੜਾ ਜਿਹਾ ਕੁਮਰ ਵਿਜੇ ਪ੍ਰਤਾਪ ਦਾ ਕੇਸ ਵੱਖਰਾ ਹੈ ਕਿਉਂਕਿ ਕੁਮਰ ਵਿਜੇ ਪ੍ਰਤਾਪ ਨੇ ਜਿਹੜੀ ਤਿਆ ਕਿਉਂਕਿ ਕੁਮਰ ਵਿਜੇ ਪ੍ਰਤਾਪ 1998 ਬੈਚ ਦੇ ਆਈਪੀਐਸ ਅਫਸਰ ਹੈਗੇ ਨੇ ਪਟਨਾ ਯੂਨੀਵਰਸਿਟੀ ਤੋਂ ਇਹਨਾਂ ਨੇ ਆਪਣੀ ਜਿਹੜੀ ਹਾਇਰ ਐਜੂਕੇਸ਼ਨ ਹੈ ਉਹ ਹਾਸਲ ਕੀਤੀ ਹੈ ਪੰਜਾਬ ਯੂਨੀਵਰਸਿਟੀ ਜਿਹਨੂੰ ਇੱਕ ਖੁੱਡੇ ਲੈਣ ਇਹਨਾਂ ਦੀ ਪੋਸਟਿੰਗ ਹੋਇਆ ਕਰਦੀ ਸੀ ਕੁਝ ਸਮਾਂ ਐਸਾ ਆਇਆ ਸੀ ਜਦੋਂ ਕਿ 2009 ਤੋਂ ਬਾਅਦ ਕੁਮਰ ਵਿਜੇ ਪ੍ਰਤਾਪ ਨੂੰ ਇੱਕ ਬਹੁਤ ਹੀ ਖੁੱਡੇ ਲੈਣ ਪੋਸਟਿੰਗ ਦਿੱਤੀ ਗਈ ਸੀ ਮਾਦੋ ਸਰਕਾਰ ਦੇ ਵਕਤ ਉਸ ਵਕਤ ਕੁਮਰ ਵਿਜੇ ਪ੍ਰਤਾਪ ਨੇ ਚੰਡੀਗੜ੍ਹ ਤੋਂ ਪੰਜਾਬ ਯੂਨੀਵਰਸਿਟੀ ਤੋਂ ਜਿਹੜਾ ਈਵਨਿੰਗ ਕਲਾਸਿਸ ਸੀ ਉਸਦੇ ਵਿੱਚ ਆਪਣੀ ਲੋ ਕੀਤੀ ਬਹੁਤ ਸੀ ਬਹੁਤ ਪੜੇ ਲਿਖੇ ਹੈਗੇ ਨੇ ਐਮਬੀਏ ਦੀ ਡਿਗਰੀ ਵੀ ਇਹਨਾਂ ਕੋਲ ਹੈਗੀ ਹੈ 6 ਕਿਤਾਬਾਂ ਲਿਖ ਚੁੱਕੇ ਹੈਗੇ ਨੇ ਇੱਕ ਫਿਲਮ ਦੇ ਵਿੱਚ ਵੀ ਛੋਟਾ ਮੋਟਾ ਰੋਲ ਇਹਨਾਂ ਨੇ ਕੀਤਾ ਹੈ ਸੋ ਸਾਰੀਆਂ ਗੱਲਾਂ ਬਾਤਾਂ ਨੇ ਕੁਮਰ ਵਿਜੇ ਪ੍ਰਤਾਪ ਜਿਹੜੇ ਹਾਲਾਤਾਂ ਦੇ ਵਿੱਚ ਸਿਆਸਤ ਵਿੱਚ ਐਂਟਰ ਕਰ ਰਹੇ ਹੈਗੇ ਨੇ ਉਹ ਬਹੁਤ ਹੀ ਜ਼ਿਆਦਾ ਹਾਈ ਵੋਲਟ ਹੈਗੇ ਨੇ ਤਾਂ ਹੀ ਆਮ ਆਦਮੀ ਪਾਰਟੀ ਨੇ ਵੀ ਇੱਕ ਆਪਣੇ ਪਾਰਟੀ ਲਈ ਐਸਾ ਚਿਹਰਾ ਚੁਣਿਆ ਜੋ ਕਿ ਬੇਦਬੀ ਦੇ ਮਾਮਲੇ ਜਾਂ ਫਿਰ ਉਸ ਤੇ ਨਾਲ ਜੁੜੇ ਹੋਏ ਫਾਇਰਿੰਗ ਦੇ ਮਾਮਲਿਆਂ ਦੇ ਵਿੱਚ ਜਿਸ ਜਿਸ ਐ ਲੱਗਦਾ ਵੀ ਜਿਵੇਂ ਤੱਕਾ ਕੁੰਵਰ ਵਿਜੇ ਪ੍ਰਤਾਪ ਨਾਲ ਹੀ ਹੋਇਆ ਹਾਲਾਂਕਿ ਕੁੰਵਰ ਵਿਜੇ ਪ੍ਰਤਾਪ ਕੋਲੇ ਖੁੱਲਾ ਸਮਾਂ ਸੀ ਇਨਕੁਆਰੀ ਕਰਨ ਲਈ ਇਨਕੁਆਰੀ ਦੇ ਉੱਤੇ ਮੈਂ ਇੱਕ ਅਲੱਗ ਵੀਡੀਓ ਬਣਾਇਆ ਵੀ ਕਿਉਂ ਕੁੰਵਰ ਵਿਜੇ ਪ੍ਰਤਾਪ ਉੱਥੇ ਤੱਕ ਨਹੀਂ ਪਹੁੰਚ ਪਾਏ ਜਿੱਥੇ ਤੱਕ ਉਹਨਾਂ ਨੂੰ ਐਕਚੁਅਲੀ ਲੌਜੀਕਲੀ ਪਹੁੰਚਣਾ ਚਾਹੀਦਾ ਸੀ 9 ਅਪ੍ਰੈਲ ਨੂੰ ਜਿਹੜਾ ਫੈਸਲਾ ਆਂਦਾ ਹਾਈ ਕੋਰਟ ਦਾ ਜਿਸ ਵਿੱਚ ਕੀ ਪੂਰਾ ਕੇਸ ਹੀ ਗਿਰ ਜਾਂਦਾ ਹੈ ਕੋਰਟ ਕੋ ਪੂਰਾ ਫਾਇਰਿੰਗ ਵਾਲਾ ਉਸ ਤੋਂ ਉਸਦੇ ਬਾਵਜੂਦ ਬੈਬਲ ਕਲਾ ਫਾਇਰਿੰਗ ਦਾ ਕੇਸ ਉਹਨਾਂ ਕੋਲ ਸੀ ਜਿਸ ਉਤੇ ਹਾਈ ਕੋਰਟ ਨੇ ਕੋਈ ਵੀ ਆਰਡਰ ਨਹੀਂ ਸੀ ਸੁਣਾਇਆ ਸੁਕੁਮਰ ਵਿਜੇ ਪ੍ਰਤਾਪ ਨੇ ਕੋਰਟ ਕੋ ਪੂਰੇ ਤੋਂ ਹਟ ਕੇ ਬੈਬਲ ਕਲਾ ਫਾਇਰਿੰਗ ਤੇ ਫੋਕਸ ਕਰਨ ਦੀ ਬਜਾਏ ਆਪਣਾ ਇਸਤੀਫਾ ਦਿੱਤਾ ਬਾਅਦ ਦੇ ਵਿੱਚ ਬੈਬਲ ਕਲਾ ਫਾਇਰਿੰਗ ਦੇ ਮਾਮਲੇ ਦੇ ਵਿੱਚ ਨੌਨੇ ਹਾਲ ਸਿੰਘ ਉਹਨਾਂ ਨੂੰ ਇੱਕ ਸਿੱਟ ਦਾ ਜਿਹੜਾ ਹੈਗਾ ਮੁਖੀਆ ਬਣਾਇਆ ਗਿਆ ਹੈ ਸੋ ਇੱਕ ਤਰੀਕੇ ਨਾਲ ਵਿੱਚ ਜਿਹੜਾ ਆਪਣਾ ਕੰਮ ਸੀ ਉਹਨੂੰ ਛੱਡ ਕੇ ਗੁਰਮਰ ਵਿਜੇ ਪ੍ਰਤਾਪ ਆਪਣੀ ਸਿਆਸੀ ਪਾਰੀ ਲਈ ਕੁੱਦ ਗਏ ਇਹ ਚੀਜ਼ ਪਹਿਲਾਂ ਸਮਝ ਵਿੱਚ ਆ ਗਈ ਸੀ ਤੇ ਤਕਰੀਬਨ ਐਸੇ 2 ਸਾਲ ਤੋ ਉਹਨਾਂ ਦੀ ਜਿਹੜੀ ਸਿਆਸੀ ਗਤੀਵਿਧੀਆਂ ਆਪਣੇ ਇਲਾਕੇ ਦੇ ਵਿੱਚ ਤੇਜ਼ ਹੋ ਗਈਆਂ ਸਨ ਅੰਮ੍ਰਿਤਸਰ ਨਾਰਥ ਉਹ ਹਲਕਾ ਹੈ ਜਿੱਥੋਂ ਸਮਝਿਆ ਜਾਂਦਾ ਹੈ ਵੀ ਜੇ ਕੋਈ ਭਵਿੱਖ ਦੇ ਵਿੱਚ ਗੁਰਮਰ ਵਿਜੇ ਪ੍ਰਤਾਪ ਦੀ ਜਿਹੜੀ ਚੌਣ ਲੜ ਸਕਦੇ ਨੇ ਇੱਕ ਚੰਗੀ ਸਿਆਸੀ ਜਿਹੜੀ ਪਿਛ ਹੈ ਉਹਨਾਂ ਲਈ ਮੌਜੂਦ ਹੈ ਉਹ ਅੰਮ੍ਰਿਤਸਰ ਨੌਰਥ ਦਾ ਹਲਕਾ ਹੈ ਅੰਮ੍ਰਿਤਸਰ ਦੇ ਵਿੱਚ ਬਤੌਰ ਐਸਐਸਪੀ ਉਹਨਾਂ ਨੇ ਕਾਫੀ ਲੰਮਾ ਚੌੜਾ ਕੰਮ ਕੀਤਾ ਤੇ ਉਹੀ ਐਸਾ ਸਮਾਂ ਸੀ ਜਦ ਤੋਂ ਉਹਨਾਂ ਦੀ ਸਿਆਸੀ ਪਾਰੀ ਦੀ ਸ਼ੁਰੂਆਤ ਦੇ ਸੰਬੰਧ ਦੇ ਵਿੱਚ ਜਿਹੜੀ ਇੱਕ ਆਧਾਰ ਬਣਾ ਹੁੰਦਾ ਉਹ ਬਣਨਾ ਸ਼ੁਰੂ ਹੋ ਚੁੱਕਾ ਸੀ ਕਿਉਂਕਿ ਇਹ 10 ਦੀ ਵੀ ਸਾਲ 2007 ਤੋਂ ਬਾਅਦ ਜਦੋਂ ਬਾਦਲ ਸਰਕਾਰ ਆਂਦੀ ਹੈ ਉਸ ਵਕਤ ਨਵਜੋਤ ਸਿੰਘ ਸਿੱਧੂ ਭਾਜਪਾ ਦਾ ਹਿੱਸਾ ਹੁੰਦੇ ਨੇ ਨਵਜੋਤ ਸਿੰਘ ਸਿੱਧੂ ਤੇ ਬਾਦਲਾਂ ਦੇ ਵਿੱਚ ਜਿਹੜੀ ਤਲਖੀ ਦੀ ਸ਼ੁਰੂਆਤ ਹੁੰਦੀ ਹੈ ਤੇ ਉਸ ਦੌਰਾਨ ਗੁੰਮਰ ਵਿਜੇ ਪ੍ਰਤਾਪ ਸਿੰਘ ਬਹੁਤ ਨੇੜੇ ਮੰਨੇ ਜਾਂਦੇ ਸਨ ਨਵਜੋਤ ਸਿੰਘ ਸਿੱਧੂ ਦੇ ਨਵਜੋਤ ਸਿੰਘ ਸਿੱਧੂ ਤੋਂ ਅਜ ਗੁੰਮਰ ਵਿਜੇ ਪ੍ਰਤਾਪ ਦੂਰ ਹੈਗੇ ਨੇ ਸੋਮਨ ਸੁਭੀ ਨਵਜੋਤ ਸਿੰਘ ਸਿੱਧੂ ਦੇ ਕੁਝ ਬਿਆਨਾਂ ਦੇ ਉੱਤੇ ਕੁੰਮਰ ਵਿਜੇ ਪ੍ਰਤਾਪ ਸਿੰਘ ਨੇ ਵੀ ਕੁਝ ਕਟਾਕਸ ਕੀਤੇ ਇੱਥੇ ਤੱਕ ਕਹਿਤਾ ਵੀ ਜਿਹੜੇ ਲੀਡਰ ਨੂੰ ਪਤਾ ਹੀ ਨਹੀਂ ਵੀ ਚਲਾਨ ਦਾ ਕੀ ਮਕਸਦਕ ਹੁੰਦਾ ਕਿੰਨਾ ਪਬਲਿਕ ਡਾਕੂਮੈਂਟ ਹੈ ਜਾਂ ਨਹੀਂ ਹੈ ਉਹਨਾਂ ਨੂੰ ਇਸ ਤਰੀਕੇ ਦੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਜਦੋਂ ਨਵਜੋਤ ਸਿੰਘ ਸਿੱਧੂ ਨੇ ਇਹ ਗੱਲ ਕਹੀ ਵੀ ਇਹ ਜਿਹੜਾ ਚਲਾਨ ਹੈ ਜੋ ਵੀ ਚਾਰ ਸ਼ੀਟ ਪਾਈ ਗਈ ਹੈ ਰਿਪੋਰਟ ਹੈ ਕੁੰਮਰ ਵਿਜੇ ਪ੍ਰਤਾਪ ਦੀ ਸਿੱਟ ਦੀ ਉਸ ਨੂੰ ਜਨਤਾ ਕੀਤਾ ਜਾਏ ਸੋ ਇੱਕ ਦੂਸਰੇ ਨੂੰ ਥੋੜਾ ਜਾ ਕੱਟਣ ਦੀ ਕੋਸ਼ਿਸ਼ ਜਿਹੜੀ ਹੈ ਉਹ ਨਜ਼ਰ ਆਈ ਤੇ ਜਿਹੜੀ ਕੱਟਣ ਦੀ ਕੋਸ਼ਿਸ਼ ਸੀ ਇਹ ਉਸੇ ਤਲਖੀ ਵਿੱਚੋਂ ਪੈਦਾ ਹੁੰਦੀ ਹੈ ਜੋ ਕਿ ਕੁੰਮਰ ਵਿਜੇ ਪ੍ਰਤਾਪ ਦੀ ਨਵਜੋਤ ਸਿੰਘ ਸਿੱਧ ਨਾਲ ਰਲ ਕੇ ਕੰਮ ਕਰਦੇ ਸੀ ਕੁਮਰ ਵਿਜੇ ਪ੍ਰਤਾਪ ਸਿੰਘ ਐਸਐਸਪੀਸੀ ਨਵਜੋਤ ਸਿੰਘ ਸਿੱਧੂ ਮੈਂਬਰ ਪਾਰਲੀਮੈਂਟ ਸੀ ਕਿਉਂ ਖਿਚੜੀ ਹੋ ਕੇ ਦੋਵੇਂ ਕੰਮ ਕਰ ਰਹੇ ਸੀ ਲੇਕਿਨ ਉਸ ਵਕਤ ਜਦੋਂ ਅਨਿਲ ਜੋਸ਼ੀ ਦੀ ਐਂਟਰੀ ਤਰਨ ਤਰਨ ਤੋਂ ਲਿਆ ਕੇ ਉਹਨਾਂ ਨੂੰ ਅੰਮ੍ਰਿਤਸਰ ਦੇ ਵਿੱਚ ਉਤਾਰਿਆ ਜਾਂਦਾ ਹੈ ਬਾਅਦ ਦੇ ਵਿੱਚ ਉਹ ਭਾਜਪਾ ਲਈ ਕਈ ਚੋਣ ਲੜਦੇ ਹੈਗੇ ਨੇ ਅਨਿਲ ਜੋਸ਼ੀ ਦੀ ਐਂਟਰੀ ਕਿਹਦਾ ਐਹਮ ਪੁਆਇੰਟ ਸੀ ਜਿਸ ਤੋਂ ਬਾਅਦ ਕੀ ਜਿਹੜੇ ਆਪਸੀ ਹਾਲਾਤ ਸਨ ਜਾਂ ਜਿਹੜੇ ਤਾਲੁਕਾਤ ਸਨ ਨਵਜੋਤ ਸਿੰਘ ਸਿੱਧੂ ਦੇ ਕੁਮਰ ਵਿਜੇ ਪ੍ਰਤਾਪ ਦੇ ਨਾਲ ਵੀ ਵਿਗੜੇ ਹਾਲਾਂਕਿ ਉਸ ਵਕਤ ਉਹ ਇਕੱਠੇ ਚੱਲੇ ਤੇ ਅਨਿਲ ਜੋਸ਼ੀ ਤੇ ਨਵਜੋਤ ਸਿੰਘ ਸਿੱਧੂ ਤੇ ਵਿਚ ਵਿਚ ਦੇ ਜਿਹੜੇ ਆਪਸੀ ਰਿਸ਼ਤੇ ਸਨ ਉਹਨਾਂ ਦੇ ਵਿੱਚ ਵੀ ਜਿਹੜੀ ਕਾਫੀ ਹੱਦ ਤੱਕ ਤਲਖੀ ਪੈਦਾ ਹੋਈ ਜਾਂ ਇਸ ਕਿਸਮ ਦੇ ਜਿਹੜੇ ਰਿਪੋਰਟਸ ਲਗਾਤਾਰ ਨਵਜੋਤ ਸਿੰਘ ਸਿੱਧੂ ਤੱਕ ਪਹੁੰਚ ਰਹੀਆਂ ਸ਼ੁਰੂ ਹੋਈਆਂ ਉਸ ਦੌਰ ਦੇ ਵਿੱਚ ਜਿਸ ਦੇ ਵਿੱਚ ਕਿ ਉਹਨੂੰ ਦੱਸਿਆ ਜਾਣ ਲੱਗਾ ਕਿ ਤੁਹਾਡੀਆਂ ਜਾਣਾ ਯਾਨੀ ਕਿ ਨਵਜੋਤ ਸਿੰਘ ਸਿੱਧੂ ਦੀਆਂ ਜਾਣਾ ਜੜੀਆਂ ਹੈਗਿਆ ਨੇ ਉਹ ਅਕਾਲੀ ਦਲ ਕਟਵਾ ਰਿਹਾ ਅੰਦਰ ਲਿਖਾਤੇ ਕਟਵਾ ਰਿਹਾ ਤੇ ਕਿਤੇ ਨਾ ਕਿਤੇ ਦੂਸਰੇ ਪਾਸੇ ਅਨਿਲ ਜੋਸ਼ੀ ਦੀ ਜਿਹੜੀ ਨੇੜਤਾ ਸੀ ਵਿਕਰਮ ਸਿੰਘ ਮਜੀਠੀਆ ਤੇ ਅਕਾਲੀ ਦਲ ਦੇ ਨਾਲ ਵੱਧ ਰਹੀ ਸੀ ਤੋ ਅਕਾਲੀ ਦਲ ਨੂੰ ਨਵਜੋਤ ਸਿੰਘ ਸਿੱਧੂ ਜਿਸ ਨੂੰ ਕੀ ਉਹਨਾਂ ਨੇ ਕਿਸੇ ਸਮੇਂ ਤੇ ਬਹੁਤ ਉਭਾਰਿਆ ਚੱਕਿਆ ਉਸ ਨੂੰ ਕਾਫੀ ਸਿਰ ਮੱਥੇ ਤੇ ਬਿਠਾਇਆ ਲੇਕਿਨ ਉਸ ਤੋਂ ਬਾਅਦ ਅਕਾਲੀ ਦਲ ਨੂੰ ਨਵਜੋਤ ਸਿੰਘ ਸਿੱਧੂ ਦੇ ਵੀ ਜਿਹੜਾ ਖਤਰਾ ਨਜ਼ਰ ਆ ਰਿਹਾ ਸੀ ਉਸ ਨੂੰ ਨਿਊਟਰਲਾਈਜ਼ ਕਰਨ ਲਈ ਅਨਿਲ ਜੋਸ਼ੀ ਨੂੰ ਦੂਸਰੇ ਪਾਸਿਓਂ ਕਾਲੀ ਦਲ ਨੇ ਚੁੱਕਣਾ ਸ਼ੁਰੂ ਕਰਤਾ ਤੇ ਇਹ ਜਿਹੜੇ ਇਨਪੁਟਸ ਹਨ ਉਹਦੇ ਵਿੱਚ ਇੱਕ ਸੋਰਸ ਦਾ ਜਿਹੜਾ ਕੰਮ ਸੀ ਕਾਫੀ ਹੱਦ ਤੱਕ ਇਹ ਮੰਨਿਆ ਜਾਂਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਜੋ ਕਿ ਉਸ ਵਕਤ ਨਵਜੋਤ ਸਿੰਘ ਸਿੱਧੂ ਦੇ ਕਾਫੀ ਨੇੜੇ ਸਨ ਉਹਨਾਂ ਵੱਲੋਂ ਵੀ ਕੀਤਾ ਗਿਆ ਬਾਅਦ ਦੇ ਵਿੱਚ ਇੱਕ ਐਸਾ ਝਗੜਾ ਹੋਇਆ ਜ ਕੁੰਮਰ ਵਿਜੇ ਪ੍ਰਤਾਪ ਦੇ ਖਿਲਾਫ ਧਰਨੇ ਵੀ ਲਗਵਾਏ ਜਾਂ ਕੁੰਮਰ ਵਿਜੇ ਪ੍ਰਤਾਪ ਦੀ ਮੁਖਾਲਫਤ ਜਾਮ ਕੇ ਕੀਤੀ ਇੱਕ ਆਪਸੀ ਪੇਚਾ ਸੀਗਾ ਕੁੰਮਰ ਵਿਜੇ ਪ੍ਰਤਾਪ ਦੇ ਕੰਮ ਕਰਨ ਦਾ ਤਰੀਕਾ ਤੇ ਅਨਿਲ ਜੋਸ਼ੀ ਜਿਸ ਨੂੰ ਕਿ ਲੱਗਾ ਵੀ ਨਵਜੋਤ ਸਿੰਘ ਸਿੱਧੂ ਨੂੰ ਮੇਰੇ ਸੰਬੰਧ ਵਿੱਚ ਜਿਹੜੀਆਂ ਗਲਤ ਖਬਰਾਂ ਪਚਾਈਆਂ ਗਈਆਂ ਨੇ ਜਾਂ ਜਿਸ ਤਰੀਕੇ ਦੀ ਫੀਡਬੈਕ ਦਿੱਤੀ ਗਈ ਹੈ ਉਹਦੇ ਵਿੱਚ ਕਿਤੇ ਨਾ ਕਿਤੇ ਕੁੰਮਰ ਵਿਜੇ ਪ੍ਰਤਾਪ ਦੀ ਭੂਮਿਕਾ ਰਹੀ ਹੋ ਸਕਦੀ ਹੈ ਸੋ ਇੱਕ ਜਿਹੜੀ ਆਪਸੀ ਗੱਲਬਾਤ ਸੀ ਉਹ ਵੈਸੇ ਵੀ ਕਈ ਹੋਰ ਕਾਰਨਾਂ ਤੋਂ ਵੀ ਵਿਗੜਦੀ ਜਾ ਰਹੀ ਸੀ ਤੇ ਅਨਿਲ ਜੋਸ਼ੀ ਤੇ ਕੁੰਮਰ ਵਿਜੇ ਪ੍ਰਤਾਪ ਦਾ ਜਿਹੜਾ ਝਗੜਾ ਸੀ 2009 ਤੋਂ ਬਾਅਦ ਜਿਹੜ ਅਕਾਲੀ ਦਲ ਸਰਕਾਰ ਵੱਲੋਂ ਕੀਤਾ ਜਾਂਦਾ ਹੈ ਯਾਨੀ ਕਿ ਉਹਨਾਂ ਦੀ ਸਰਕਾਰ ਵੱਲੋਂ ਮੁੱਖ ਮੰਤਰੀ ਵੱਲੋਂ ਕੁਮਰ ਵਿਜੇ ਪ੍ਰਤਾਪ ਨੂੰ ਬਤੌਰ ਐਸਐਸਪੀ ਹਟਾਤਾ ਜਾਂਦਾ ਜਿਸ ਦੀ ਮੁਖਾਲਫਤ ਵੀ ਨਵਜੋਤ ਸਿੰਘ ਸਿੱਧੂ ਉਸ ਵਤ ਕਰਦੇ ਹੈਗੇ ਨੇ ਸੋ ਇੱਕ ਪੂਰਾ ਘਟਨਾਕਰਨ ਹੈ ਇਹਦਾ ਜਿਹੜੀ ਸਿਆਸੀ ਸਿਆਸੀਕਰਨ ਸੀ ਜਿਹੜਾ ਕੁਮਰ ਵਿਜੇ ਪ੍ਰਤਾਪ ਬੇਅਦਬੀ ਦੇ ਮਾਮਲਿਆਂ ਤੋਂ ਪਹਿਲਾਂ 2007 ਤੋਂ ਲੈ ਕੇ ਉਸ ਤੋਂ ਬਾਅਦ ਦੇ ਕੁਝ ਸਾਲਾਂ ਦੇ ਦੌਰਾਨ ਇੱਕ ਸਿਆਸੀ ਜਿਹੜੀ ਵਿਉਂਤਬੰਦੀ ਉਸ ਵਕਤ ਚੱਲ ਰਹੀ ਸੀ ਆਪਸੀ ਖਿੱਚੋਤਾਣ ਦੋ ਪਾਰਟੀਆਂ ਦੇ ਵਿੱਚ ਜਾਂ ਨਵਜੋਤ ਸਿੰਘ ਸਿੱਧੂ ਅਕਾਲੀਏ ਦੇ ਵਿੱਚ ਜਿਹੜੀ ਚੱਲ ਰਹੀ ਸੀ ਉਸ ਦੇ ਵਿੱਚ ਇੱਕ ਅਹਿਮ ਭੂਮਿਕਾ ਵੀ ਕਾਫੀ ਹੱਦ ਤੋਂ ਬਾਅਦ ਉਹਨਾਂ ਨੂੰ ਕਾਫੀ ਇਰੈਲੇਵੈਂਟ ਜਿਹੜੀ ਪੋਸਟਿੰਗ ਸੀ ਉਸ ਉਤੇ ਪਾਤਾ ਗਿਆ ਬਾਅਦ ਦੇ ਵਿੱਚ ਉਹਨਾਂ ਨੂੰ ਕੋਈ ਵੀ ਜਿਹੜੀ ਮੁੱਖ ਭੂਮਿਕਾ ਦੇ ਵਿੱਚ ਨਹੀਂ ਰੱਖਿਆ ਗਿਆ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਣ ਤੋਂ ਬਾਅਦ ਉਹਨਾਂ ਨੂੰ ਐਸਟੀਐਫ ਦਾ ਵੀ ਮੈਂਬਰ ਬਣਾਇਆ ਗਿਆ ਐਸਟੀਐਫ ਦੇ ਵਿੱਚ ਉਹਨਾਂ ਨੇ ਕਾਫੀ ਕੰਮ ਵੀ ਕੀਤਾ ਉਸ ਤੋਂ ਇਲਾਵਾ ਆਰਗੇਨਾਈਜ਼ਡ ਟਾਈਮ ਕੰਟਰੋਲ ਯੂਨਿਟ ਜਿਹੜੀ ਗੈਂਗਸਟਰਾਂ ਦੇ ਖਿਲਾਫ ਕੰਮ ਕਰਦੀ ਹੈ ਉਸ ਦੇ ਵਿੱਚ ਵੀ ਬਹੁਤ ਸਾਰਾ ਕੰਮ ਜਿਹੜਾ ਹੈ ਉਹਨਾਂ ਨੇ ਕੀਤਾ ਗਿਆ ਲੇਕਿਨ ਉਸ ਤੋਂ ਪਹਿਲੇ ਕਾਫੀ ਸਾਲ ਜਿਹੜਾ ਕੁਮਰ ਵਿਜੇ ਪ੍ਰਤਾਪ ਜਿਸ ਦੌਰਾਨ ਉਹਨਾਂ ਨੇ ਲੋਬੀ ਕੀਤੀ ਉਹਨਾਂ ਨੂੰ ਕੋਈ ਵੀ ਰੈਲੇਵੈਂਟ ਜਿਹੜੀ ਜਿਹੜਾ ਪੋਸਟਿੰਗ ਨਹੀਂ ਦਿੱਤੀ ਗਈ ਕਿਉਂਕਿ ਇਤਨਾ ਕਿਤੇ ਇੱਕ ਸਿੱਧੂ ਦਾ ਵੀ ਜਿਹੜਾ ਆંકੜਾ ਸੀ ਉਕਮਰ ਵਿਜੇ ਪ੍ਰਤਾਪ ਨਾਲ ਜਿਆਦਾ ਚੰਗਾ ਬਾਅਦ ਦੇ ਵਿੱਚ ਨਹੀਂ ਰਹਾ ਲక్ష్ਮੀ ਕਾਂ ਚਾਵਲਾ ਇੱਕ ਹੋਰ ਐਸੀ ਆਗੂ ਸੰ ਜਿਨ੍ਹਾਂ ਦੇ ਕਿ ਬਹੁਤ ਨੇੜੇ ਰਹੇ ਹੈਗੇ ਨੇ ਹਾਲ ਵਿੱਚ ਹੀ ਲక్ష్ਮੀ ਕਾਂ ਚਾਵਲਾ ਦੀ ਵੀ ਕੁਝ ਤਸਵੀਰਾਂ ਅ ਅਰਵਿੰਦ ਕੇਜਰੀਵਾਲ ਨਾਲ ਵੇਖੀਆਂ ਗਈਆਂ ਤੇ ਉਹ ਜਿਹੜੀ ਇੱਕ ਸਨਰਜੀ ਸਾਰੇ ਲੀਡਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਕਿ ਲక్ష్ਮੀ ਕਾਂ ਚਾਵਲਾ ਅਰਵਿੰਦ ਕੇਜਰੀਵਾਲ ਨੂੰ ਮਿਲਦੇ ਹੈਗੇ ਨੇ ਬੇਸ਼ੱਕ ਉਸ ਚੀਜ਼ ਨੂੰ ਇੱਕ ਕੁਰਸੀ ਕਾਲ ਕਿਹਾ ਗਿਆ ਇੱਕ ਕੁਰਸੀ ਮੁਲਾਕਾਤ ਕਿਹਾ ਗਿਆ ਲੇਕਿਨ ਕੁਮਰ ਵਿਜੇ ਪ੍ਰਤਾਪ ਜੋ ਕਿ ਲక్ష్ਮੀ ਕਾਂ ਚਾਵਲਾ ਦੇ ਵੀ ਬਹੁਤ ਨੇੜੇ ਹੈਗੇ ਨੇ ਤੇ ਇਵਨ 2017 ਦੀ ਚੋਣਾਂ ਦੇ ਵਿੱਚ ਵੀ ਇਸ ਕਿਸਮ ਦੀਆਂ ਕਈ ਅਨ ਕੰਫਰਮਡ ਫੋਰਸ ਆਈਆਂ ਸੰਵੀ ਕੁਮਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਿਨਾਲੀ ਕਾ ਅੰਡਰਸਟੈਂਡਿੰਗ ਦੇ ਤਹਿਤ ਕੰਮ ਕਰਦੇ ਆਏ ਹੈਗੇ ਨੇ ਕੁਮਰ ਵਿਜੇ ਪ੍ਰਤਾਪ ਦਾ ਆਮ ਆਦਮੀ ਪਾਰਟੀ ਦੇ ਵਿੱਚ ਜਾਣਾ ਅਕਾਲੀ ਦਲ ਨੂੰ ਇੱਕ ਹੋਰ ਵੀ ਮੌਕਾ ਪ੍ਰਦਾਨ ਕਰਕੇ ਦੇ ਗਿਆ ਜਿਸ ਦੇ ਤਹਿਤ ਕਿ ਅਕਾਲੀ ਦਲ ਨੇ ਉਸਾਰਾ ਜਿਹੜਾ ਠੇਕਰਾ ਸੀ ਆਪਣੇ ਖਿਲਾਫ ਜਿਹੜੇ ਬੇਦਬੀਆਂ ਜਾਂ ਫਾਇਰਿੰਗ ਦੇ ਮਾਮਲੇ ਦੇ ਵਿੱਚ ਜਿਹੜੇ ਵੀ ਦੂਸ਼ਣ ਲੱਗਦੇ ਆਏ ਲੱਗਦੇ ਰਹਿ ਰਹੇ ਹੈਗੇ ਨੇ ਉਹਨਾਂ ਦੇ ਉੱਤੇ ਉਹਨਾਂ ਦੇ ਪਿੱਛੇ ਦੀ ਸਿਆਸੀ ਜਿਹੜੀ ਬਣਤਰ ਸੀ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀਆਂ ਨਾਲੇ ਦਿਨਾਂ ਦੇ ਵਿੱਚ ਇਹ ਬਿਆਨ ਹੋਰ ਵੀ ਤੇਜ਼ ਹੋਣਗੇ ਕਿਉਂਕਿ ਕੁਮਰ ਵਿਜੇ ਪ੍ਰਤਾਪ ਨੇ ਇਸ ਸਿਆਸੀ ਪਾਰੀ ਨੂੰ ਸ਼ੁਰੂ ਕਰਕੇ ਅਕਾਲੀਆਂ ਨੂੰ ਇੱਕ ਛੋਟਾ ਜਿਹਾ ਲਾਜਿਕ ਦਿੰਦਾ ਹੈ ਜਿਸ ਦੇ ਤਹਿਤ ਕਿ ਉਹ ਕਾਫੀ ਗੱਲਾਂ ਬਾਤਾਂ ਹੁਣ ਕਰ ਸਕਦੇ ਨੇ ਕਰਨਾ ਚਾਹ ਰਹੇ ਹੈਗੇ ਨੇ ਕਰ ਰਹੇ ਹੈਗੇ ਨੇ ਕਿਉਂਕਿ ਉਹਨਾਂ ਨੂੰ ਇਹ ਮੌਕੇ ਦੀ ਤਲਾਸ਼ ਸੀ ਤੇ ਇਹ ਮੌਕਾ ਬਣਦਾ ਨਜ਼ਰ ਆ ਰਿਹਾ ਸੀ ਲੇਕਿਨ ਕੁਮਰ ਵਿਜੇ ਪ੍ਰਤਾਪ ਜੋ ਕਿ ਆਮ ਆਦਮੀ ਪਾਰਟੀ ਜਾਂਦੇ ਹੈਗੇ ਨੇ ਪਾਵਮਾਰਦੀ ਪਾਰਟੀ ਦੇ ਵੀ ਜਾਂਦੇ ਹੈਗੇ ਨੇ ਉਹਨਾਂ ਦੀ ਜਿਹੜੀ ਸਿਆਸੀ ਐਸਪੀਰੇਸ਼ਨ ਕਹਿ ਲੀਏ ਉਹਨਾਂ ਦੇ ਸਿਆਸੀ ਜਿਹੜਾ ਇਰਾਦਾ ਕਹਿ ਲੀਏ ਉਹ ਕਈ ਸਾਲਾਂ ਤੋਂ ਚਾਰੀ ਸੀਗਾ ਪਿਛਲੇ 2 ਸਾਲਾਂ ਤੋਂ ਇਹ ਵੀ ਦੱਸਿਆ ਜਾਂਦਾ ਵੀ ਅਮਰਸਥਰ ਦੇ ਸਥਾਨਕ ਪੱਧਰ ਉੱਤੇ ਉਹਨਾਂ ਦੀ ਸਰਗਰਮੀਆਂ ਬਹੁਤ ਤੇਜ਼ ਹੋ ਚੁੱਕੀਆਂ ਸਨ ਬਹੁਤ ਐਸੇ ਕਟਾਈਜੀ ਤੁਸੀਂ ਵੇਖੇ ਹੋਣਗੇ ਜੋ ਕਿ ਪੁਲਿਸ ਸਰਵਿਸ ਦੇ ਵਿੱਚ ਹੋਣ ਤੇ ਉਹਨਾਂ ਦੇ ਪੋਸਟਰਸ ਲੱਗਦੇ ਹੋਣ ਜਾਂ ਉਹਨਾਂ ਦੇ ਜਾਗਰਤਿਆਂ ਦੇ ਜਿਹੜੇ ਸਮਾਗਮ ਹੈਗੇ ਨੇ ਉੱਥੇ ਉਹਨਾਂ ਦੀਆਂ ਤਸਵੀਰਾਂ ਲਾਈਆਂ ਜਾਂਦੀਆਂ ਹੋਣ ਲੇਕਿਨ ਐਸੀ ਬਹੁਤ ਸੀ ਗਤੀਵਿਧੀਆਂ ਸਨ ਬਹੁਤ ਸੀ ਸਰਗਰਮੀਆਂ ਸਨ ਜੋ ਕਿ ਕੁੰਗੁਰ ਵਿਜੇਪਤਾਪ ਨੇ ਬੀਤੇ ਤਕਰੀਬਨ 2 ਸਾਲ ਤੋਂ ਸ਼ੁਰੂ ਕਰ ਰੱਖਿਆ ਸਨ ਤੇ ਛੋਟੇ-ਮੋਟੇ ਜਿਹੜੇ ਫੰਕਸ਼ਨਸ ਹੁੰਦੇ ਨੇ ਲੋਕਲ ਲੈਵਲ ਤੇ ਸਥਾਨਕ ਪੱਧਰ ਤੇ ਕਿਉਂਕਿ ਅਮਰitsar ਨਾਰਥ ਉਹ ਜ਼ਿਲ੍ਹਾ ਜਿੱਥੇ ਕਿ ਬਹੁਤ ਸੇ ਪ੍ਰਵਾਸੀ ਜਿਹੜੇ ਹੈਗੇ ਨੇ ਉਹਨਾਂ ਦਾ ਵੀ ਇੱਕ ਕਾਫੀ ਮਜ਼ਬੂਤ ਜਿਹੜਾ ਵੋਟ ਬੈਂਕ ਹੈ ਆਧਾਰ ਹੈ ਜੋ ਕਿ ਕੁਮਰ ਵਿਜੇ ਪ੍ਰਤਾਪ ਆਪਣੇ ਹਿੱਸੇ ਵਿੱਚ ਭੁਗਤਦਾ ਹੋਇਆ ਵੇਖਦੇ ਹੈਗੇ ਨੇ ਬੇਦਵੀ ਦੇ ਮਾਮਲੇ ਵੀ ਜੋ ਵੀ ਉਹਨਾਂ ਨੂੰ ਸਮਰਥਨ ਹੈ ਜੋ ਸਪੋਰਟ ਹੈ ਸਿੱਖ ਜਾਂ ਪੰਥਕ ਜਿਹੜੇ ਹਲਕਿਆਂ ਵਿੱਚੋਂ ਮਿਲ ਰਿਹਾ ਉਹ ਵੀ ਅਨਪ੍ਰੈਸੀਡੈਂਟਡ ਨਜ਼ਰ ਆ ਰਿਹਾ ਕਿਉਂਕਿ ਕੁਮਰ ਵਿਜੇ ਪ੍ਰਤਾਪ ਐਸੀ ਇੱਕ ਬੇਦਾਗ ਛਵੀ ਦੇ ਅਫਸਰ ਰਹੇ ਹੈਗੇ ਨੇ ਕਿਉਂਕਿ ਇਹਨਾਂ ਦੇ ਨਾਲ ਕੋਈ ਜ਼ਿਆਦਾ ਵਿਵਾਦ ਨਹੀਂ ਜੁੜੇ ਆ ਜਿਹੜੇ ਮੈਂ ਥੋੜੀ ਬਹੁਤ ਗੱਲਾਂ ਕੀਤੀਆਂ ਨੇ ਇਹ ਕੁਝ ਐਸੇ ਸਿਆਸੀ ਵਿਵਾਦ ਹੁੰਦੇ ਨੇ ਜੋ ਕਿ ਹਰ ਉਸ ਅਫਸਰ ਨਾਲ ਜੁੜ ਜਾਂਦੇ ਨੇ ਜੋ ਕਿਤੇ ਨਾ ਕਿਤੇ ਸਮੇਂ ਦੇ ਜੇ ਹੁਕਮਰਾਨ ਜਾਂ ਹਾਕਮ ਹੁੰਦੇ ਨੇ ਉਹਨਾਂ ਦੇ ਉਹਨਾਂ ਦੇ ਲਈ ਤੋਂ ਥੋੜਾ ਜਿਹਾ ਵਕਤ ਤੁਰਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਇਹ ਫੈਕਟ ਹੈ ਵੀ ਕੁਮਰ ਵਿਜੇ ਪ੍ਰਤਾਪ ਜਿਹੜੇ ਹੈਗੇ ਨੇ ਉਹਨਾਂ ਦੇ ਸਿਆਸੀ ਐਸਪੀਰੇਸ਼ਨਸ ਰਹੀਆਂ ਹੈਗੀਆਂ ਨੇ ਤੇ ਉਹ ਹੁਣ ਇਹਨਾਂ ਦੀ ਪੂਰਤੀ ਲਈ ਜਿਹੜੇ ਆਪਣੇ ਅਖੀਰੀ ਕੁਝ ਕਦਮ ਹੈਗੇ ਨੇ ਉਹ ਚੁੱਕ ਰਹੇ ਹੈਗੇ ਨੇ ਅੰਮ੍ਰਿਤਸਰ ਨਾਰਥ ਉਹ ਹਲਕਾ ਹੈ ਜਿੱਥੋਂ ਕਿ ਇਹਨਾਂ ਦੀ ਸਿਆਸੀ ਪਾਰੀ ਸ਼ੁਰੂ ਹੋ ਸਕਦੀ ਹੈ ਕਿਉਂਕਿ ਅੰਮ੍ਰਿਤਸਰ ਨਾਰਥ ਉਹੀ ਇਲਾਕਾ ਹੈ ਜਿੱਥੇ ਕਿ 2017 ਦੇ ਵਿੱਚ ਸੁਨੀਲ ਦੱਤੀ ਜਿਹੜੇ ਹੈਗੇ ਨੇ ਐਮਐਲਏ ਬਣ ਕੇ ਆਏ ਨਵਜੋਤ ਸਿੰਘ ਸਿੱਧੂ ਜੋ ਕਿ ਕਾਂਗਰਸ ਦੇ ਵਿੱਚ ਚੁੰਮਾ ਚੁੰਮਾ ਖੁਸ਼ੀ ਹਫ਼ਤੇ ਪਹਿਲਾਂ ਜੁਆਇਨ ਕੀਤੇ ਸਨ ਉਹਨਾਂ ਵੱਲੋਂ ਸੁਨੀਲ ਦਿੱਤੀ ਦੀ ਜਿਹੜੀ ਰეკਮੈਂਡੇਸ਼ਨ ਬਹੁਤ ਠੋਕ ਕੇ ਕੀਤੀ ਗਈ ਜਦੋਂ ਕਿ ਪਹਿਲੇ ਇੱਥੇ ਕਰਮਜੀਤ ਰਿੰਟੂ ਜੋ ਕਿ ਹੁਣ ਅੰਮ੍ਰਿਤਸਰ ਦੇ ਮੇਅਰ ਹੈਗੇ ਨੇ ਉਹਨਾਂ ਦਾ ਵੀ ਇੱਕ ਦਾਵਾ ਸੀ ਸੋ ਇਸ ਤਰੀਕੇ ਨਾਲ ਇੱਥੇ ਇੱਥੇ ਜਿਹੜੀ ਲੜਾਈ ਹੈਗੀ ਇੱਥੇ ਜਿਹੜੀ ਕਾਂਗਰਸ ਦੀ ਲੜਾਈ ਹੈ ਉਸ ਦੇ ਵਿੱਚ ਸੁਨੀਲ ਦਿੱਤੀ ਜਿਹੜੇ ਹੈਗੇ ਨੇ ਉਹ ਨਵਜੋਤ ਸਿੰਘ ਸਿੱਧੂ ਦਾ ਉਹ ਹORS ਹੈਗੇ ਨੇ ਕਿਉਂਕਿ ਆਪਣਾ ਉਹਨਾਂ ਦਾ ਹਲਕਾ ਹੈ ਨਵਜੋਤ ਸਿੰਘ ਸਿੱਧੂ ਦੀ ਆਪਣੀ ਜਿਹੜੀ ਕੌਨਸਟਿਚਨਸੀ ਹੈ ਉਹ ਵੀ ਨਾਲ ਲੱਗਦੀ ਹੈ ਆਪਣਾ ਉਹਨਾਂ ਦਾ ਪਾਰਲੀਮੈਂਟ ਦਾ ਖੇਤਰ ਰਿਹਾ ਹੈ ਤਾਂ ਜ਼ਾਹਰੀ ਤੌਰ ਤਾ ਤੌਰ ਤੇ ਕੁਮਰ ਵਿਜੇ ਪ੍ਰਤਾਪ ਦਾ ਉਥੋਂ ਆਣਾ ਜੋ ਕਿ ਕਿਸੇ ਸਮੇਂ ਨਜੋਤ ਸਿੰਘ ਸਿੱਧੂ ਦੇ ਵੀ ਬਹੁਤ ਘਿਓ ਖਿਚੜੀ ਉਹਨਾਂ ਨਾਲ ਹੋਇਆ ਕਰਦੇ ਸਨ ਉਹਨਾਂ ਦੇ ਕਰੀਬੀ ਹੋਇਆ ਕਰਦੇ ਸਨ ਇਹ ਬਹੁਤ ਇੰਟਰਸਟਿੰਗ ਜੇ ਫਾਈਟ ਇੱਥੋਂ ਬਣਦੀ ਹੈ ਤਾਂ ਉਹ ਬਣਨ ਵਾਲੀ ਹੈ ਕਿਉਂਕਿ ਇੱਕ ਪਾਸੇ ਨਜੋਤ ਸਿੰਘ ਸਿੱਧੂ ਦੀ ਬੈਕਿੰਗ ਦੇ ਨਾਲ ਕਾਂਗਰਸ ਦਾ ਉਮੀਦਵਾਰ ਆਏਗਾ ਮੈਦਾਨ ਦੇ ਵਿੱਚ ਤੇ ਦੂਸਰੇ ਪਾਸੇ ਹੁਣ ਕੁਮਰ ਵਿਜੇ ਪ੍ਰਤਾਪ ਜੋ ਕਿ ਖੁੱਲ ਕੇ ਚੌਂ ਮੈਦਾਨ ਵਿੱਚ ਜਾਂ ਅਖਾੜੇ ਵਿੱਚ ਕੁੱਦ ਚੁੱਕੇ ਨੇ ਅਕਾਲੀ ਦਲ ਦੀ ਜੇ ਗੱਲ ਕਰ ਲਈਏ ਤਾਂ ਉਹਨਾਂ ਵੱਲੋਂ ਜਿਹੜੀ ਚੁਣੌਤੀ ਆ ਉਹ ਹੁਣ ਬੀਐਸਪੀ ਦੀ ਸ਼ਕਲ ਵਿੱਚ ਹੋਵੇਗੀ ਕਿਉਂਕਿ ਜਿਹੜੀ ਅੰਮ੍ਰਿਤਸਰ ਨਾਰਥ ਦੀ ਟਿਕਟ ਹੈ ਉਹ ਭੋਜਨ ਸਮਾਜਵਾਦੀ ਪਾਰਟੀ ਨੂੰ ਦਿੱਤੀ ਗਈ ਹੈ ਸੋ ਉੱਥੇ ਅਕਾਲੀ ਦਲ ਕੰਟੈਸਟ ਦੇ ਵਿੱਚ ਨਹੀਂ ਹੈ ਹੁਣ ਵੇਖਣਾ ਵੇਖਣ ਵਾਲੀ ਗੱਲ ਇਹ ਹੋਏਗੀ ਵੀ ਕੁਮਰ ਵਿਜੇ ਪ੍ਰਤਾਪ ਜੇ ਉਸ ਫੀਲਡ 'ਚ ਲੜਦੇ ਹੈਗੇ ਨੇ ਉਹਨਾਂ ਲਈ ਇਲੈਕਟੋਰਲ ਐਡਵਾਂਟੇਜਸ ਕਿੰਨੀਆਂ ਕ ਰਹਿੰਦੀਆਂ ਨੇ ਡਿਸਐਡਵਾਂਟੇਜਸ ਕਿੰਨੀਆਂ ਕ ਰਹਿੰਦੀਆਂ ਨੇ ਕਿਉਂਕਿ ਦੂਸਰੇ ਪਾਸੇ ਵੀ ਅਕਾਲੀ ਦਲ ਪੂਰੀ ਕੋਸ਼ਿਸ਼ ਕਰੇਗਾ ਇੱਕ ਬਹੁਤ ਵੱਡੀ ਮਸ਼ੀਨਰੀ ਅਕਾਲੀ ਦਲ ਕੋਲ ਹੈ ਆਪਣੇ ਤਿੱਖੇ ਪ੍ਰਚਾਰ ਨੂੰ ਲੋਕਾਂ ਤੱਕ ਰਜਾਨ ਲਈ ਜੋ ਸਲਾਤ ਦੇ ਵਿੱਚ ਕੁਮਰ ਵਿਜੇ ਪ੍ਰਤਾਪ ਦੀ ਚੁਣੌਤੀਆਂ ਰਹਿਣਗੀਆਂ ਲੇਕਿਨ ਇੱਕ ਬਹੁਤ ਚੰਗੀ ਸਾਫ ਇਮੇਜ ਤੇ ਇੱਕ ਰੈਪਿਊਟੇਸ਼ਨ ਇੱਕ ਐਸਾ ਪਲੱਸ ਪੁਆਇੰਟ ਹੈ ਜੋ ਕਿ ਕੁਮਰ ਵਿਜੇ ਪ੍ਰਤਾਪ ਨਾ ਲੈ ਕੇ ਤੁਰ ਰਹੇ ਨੇ ਤੇ ਕੋਟਕਪੂਰਾ ਫਾਇਰਿੰਗ ਮਾਮਲੇ ਵਿੱਚ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਜੋ ਉਹਨਾਂ ਨੂੰ ਸਮਰਥਨ ਮਿਲਿਆ ਹੈ ਜਿਸ ਤਰੀਕੇ ਨਾਲ ਇਹ ਸਮਝਿਆ ਗਿਆ ਵੀ ਕਿਤਨਾ ਕਿਤੇ ਕੁਮਰ ਵਿਜੇ ਪ੍ਰਤਾਪ ਦੇ ਦੇ ਹੱਥ ਮੰਨੇ ਹੋਏ ਸਨ ਉਹਨਾਂ ਨੂੰ ਸਮੇਂ-ਸਮੇਂ ਤੇ ਰੋਕਿਆ ਗਿਆ ਜਾਂ ਉਹਨਾਂ ਨੂੰ ਉਹ ਕੰਮ ਨਹੀਂ ਕਰਨ ਦਿੱਤਾ ਗਿਆ ਜਿਸ ਤਰੀਕੇ ਨਾਲ ਉਹ ਕੰਮ ਕਰਨਾ ਚਾਹ ਰਹੇ ਸਨ ਜਾਂ ਉਹਨਾਂ ਨੂੰ ਉਹ ਮਿਲਦਾ ਜਿਹੜਾ ਬਣਦਾ ਸਮਰਥਨ ਸੀ ਉਹ ਐਡਵੋਕੇਟ ਜਨਰਲ ਆਫਿਸ ਜਾਂ ਸਰਕਾਰ ਦੇ ਪੱਖੋਂ ਨਹੀਂ ਮਿਲਿਆ ਜਾਂ ਸ਼ਾਇਦ ਮੁੱਖ ਮੰਤਰੀ ਵੱਲੋਂ ਵੀ ਨਹੀਂ ਮਿਲਿਆ ਬੇਸ਼ੱਕ ਖੁਦ ਤੱਕ ਉਮਰ ਵਿਜੇ ਪ੍ਰਤਾਪ ਇਹ ਕਹਿੰਦੇ ਰਹੇ ਨੇ ਹੈਗੇ ਨੇ ਵੀ ਮੁੱਖ ਮੰਤਰੀ ਦੀ ਉਹਨਾਂ ਨੂੰ ਪੂਰੀ ਸਪੋਰਟ ਸੀ ਲੇਕਿਨ ਫਿਰ ਕੀ ਕਾਰਨ ਸੀ ਵੀ ਬਾਲਣਾ ਦਾ ਜ਼ਿਕਰ ਤੱਕ ਉਹਨਾਂ ਨੇ ਆਪਣੇ ਚਲਾਨਾ ਦੇ ਵਿੱਚ ਨਹੀਂ ਕੀਤਾ ਜਾਂ ਚਾਰ ਸ਼ੀਟ ਦੇ ਵਿੱਚ ਨਹੀਂ ਕਰ पाए ਤੇ ਉਸ ਫਾਈਨਲ ਚਾਰਜ ਸ਼ੀਟ ਆਉਣ ਤੋਂ ਪਹਿਲਾਂ ਹੀ ਹਾਈ ਕੋਰਟ ਦਾ ਫੈਸਲਾ ਆ ਗਿਆ ਜਿਸ ਨੇ ਕਿ ਪੂਰੇ ਦੇ ਪੂਰੇ ਕੇਸ ਨੂੰ ਪੂਰੀ ਦੀ ਪੂਰੀ ਪਰਤਾਲ ਨੂੰ ਡਸਟਬਿਨ ਵਿੱਚ ਪਾਤਾ ਸੋ ਉਹ ਹਾਲਾਤਾਂ ਦੇ ਵਿੱਚ ਇੱਕ ਬਹੁਤ ਹੀ ਵੱਡੀ ਚੁਣੌਤੀ ਹੈਗੀ ਹੈ ਕੁਮਰ ਵਿਜੇ ਪ੍ਰਤਾਪ ਦੀ ਇੱਕ ਸਿਆਸਤ ਦੇ ਵਿੱਚ ਇੱਕ ਬੜਾ ਵੱਡਾ ਟਰਨਿੰਗ ਪੁਆਇੰਟ ਵੀ ਹੋ ਸਕਦਾ ਹੈ ਆਮ ਆਦਮੀ ਪਾਰਟੀ ਦੇ ਪੱਖੋਂ ਜਿਸ ਨੂੰ ਕਿ ਉਮੀਦਵਾਰਾਂ ਦੀ ਵੀ ਤਲਾਸ਼ ਸੀ ਤੇ ਜੇ ਉਹਨੂੰ ਇਸ ਤਰੀਕੇ ਦੇ ਹਾਈ ਪ੍ਰੋਫਾਈਲ ਉਮੀਦਵਾਰ ਮਿਲਦੇ ਨੇ ਜੋ ਕਿ ਐਸੇ ਵੱਡੇ ਵੱਡੇ ਜਨ ਤੱਕ ਇਮੋਟਿਵ ਮੁੱਦਿਆਂ ਦੇ ਉੱਤੇ ਉਸਨੇ ਲਹਿਰ ਦੇ ਉੱਤੇ ਬੈਠ ਕੇ ਆਏ ਹੈਗੇ ਨੇ ਚੋਣ ਅਖਾੜੇ ਦੇ ਵਿੱਚ ਤਾਂ ਉਹ ਪਾਰਟੀ ਲਈ ਕਿੰਨਾ ਕੁ ਐਡਵਾਂਟੇਜ ਆ ਕਿੰਨੇ ਕੁ ਫਾਇਦੇ ਦਾ ਸੌਦਾ ਹੋਏਗਾ ਇਹ ਆਉਣ ਵਾਲਾ ਸਮਾਂ ਤੈਅ ਕਰੇਗਾ ਲੇਕਿਨ ਜਿਹੜੀ ਲੜਾਈ ਹੈ ਉਹ ਅੰਮ੍ਰਿਤਸਰ ਉੱਤਰੀ ਹਲਕੇ ਨਾਰਥ ਦੀ ਹੀ ਹੋਣੀ ਹੈ ਕੁਮਰ ਵਿਜੇ ਪ੍ਰਤਾਪ ਉੱਥੇ ਅੱਜ ਤੋਂ ਨਹੀਂ ਪਿੱਤੇ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ ਤੇ ਪੂਰੇ ਇਲਾਕੇ ਬਾਰੇ ਤੇ ਅੰਮ੍ਰਿਤਸਰ ਬਾਰੇ ਉਹਨਾਂ ਦੀ ਜਿਹੜੀ ਜਾਣਕਾਰੀ ਹੈ ਪਿਛਲੇ ਤਕਰੀਬਨ ਡੇਢ ਤੋਂ 2 ਦਹਾਕੇ ਦੀ ਹੈ ਬڑے ਵੱਡੇ ਵੱਡੇ ਕੇਸਿਸ ਹੈਗੇ ਨੇ ਅੰਮ੍ਰਿਤਸਰ ਕਿਡਨੀ ਸਕੈਂਡਲ ਹੋਇਆ ਸੀ ਜਿਸ ਦੇ ਵਿੱਚ ਕੀ ਪ੍ਰਵਾਸੀਆਂ ਦੀਆਂ ਕਿਡਨੀਆਂ ਖਰੀਦ ਕੇ ਵੇਚਤੀਆਂ ਜਾਂਦੀਆਂ ਸਨ ਉਹਨਾਂ ਦੀ ਇੱਕ ਗੋਰਖ ਧੰਦਾ ਜਿਹੜਾ ਚੱਲਦਾ ਪਿਆ ਸੀ ਉਸ ਨੂੰ ਕੁਮਰ ਵਿਜੇ ਪ੍ਰਤਾਪ ਉਹਨਾਂ ਨੇ ਕਰਾ ਕੇ ਤਾ ਉਸ ਤੋਂ ਇਲਾਵਾ ਹੋਰ ਅਜੀਤ ਸਿੰਘ ਪੂਲੇ ਵਰਗੇ ਜਿਹੜੇ ਜਿਹੜੇ ਐਸੇ ਜ਼ਾਲਮ ਲੋਕ ਸਨ ਉਹਨਾਂ ਦੇ ਖਿਲਾਫ ਵੀ ਬਹੁਤ ਸೀਸੀਆਂ ਪੜਤਾਲਾਂ ਬੈਠੇ ہیں ਜਿਸ ਵਿੱਚ ਕੀ ਸਰਕਾਰ ਨੇ ਕੁਮਰ ਵਿਜੇ ਪ੍ਰਤਾਪ ਨੂੰ ਹੀ ਅੱਗੇ ਕੀਤਾ ਐਸਟੀਐਫ ਤੇ ਆਰਗੇਨਾਈਜ਼ ਕ੍ਰਾਈਮ ਕੰਟਰੋਲ ਯੂਨਿਟ ਵਿੱਚ ਵੀ ਪਿਛਲੇ ਕਰੀਬਨ 3-4 ਸਾਲ ਉਹਨਾਂ ਨੇ ਚੰਗਾ ਕੰਮ ਕੀਤਾ ਤੇ ਬੇਦਬੀ ਦਾ ਜਿਹੜਾ ਮੁੱਦਾ ਸੀ ਜਾਂ ਗੋਲੀ ਦੀ ਜਿਹੜੀ ਭੂਮਿਕਾ ਹੈ ਸੋ ਇਹ ਸਾਰੇ ਫੈਕਟਰਸ ਉਹਨਾਂ ਦੇ ਫੇਵਰ ਦੇ ਵਿੱਚ ਹੈ ਤੇ ਬਹੁਤ ਬੜੀ ਵੱਡੀ ਸਹਾਨੂੰਪੂਤੀ ਹੈ सिंपथी ਕੁੰਵਰ ਵਿਜੇ ਪ੍ਰਤਾਪ ਦੇ ਨਾਲ ਹੈਗੇ ਹਾਲਾਂਕਿ ਮੈਂ ਥੋੜਾ ਜਿਹਾ ਕ੍ਰਿਟੀਕਲ ਰਹਾ ਉਹਨਾਂ ਦੀ ਜਿਹੜੀ ਭੂਮਿਕਾ ਰਹੀ ਹੈ ਲੇਕਿਨ ਉਹ ਇੱਕ ਵੱਖਰਾ ਇਸ਼ੂ ਹੈ ਲੇਕਿਨ ਦੇਖਦੇ ਹਾਂ ਉਹਨਾਂ ਦੀ ਜਿਹੜੀ ਸਿਆਸੀ ਪਾਰੀ ਹੈ ਜਾਂ ਸਿਆਸੀ ਅਖਾੜੇ ਦੇ ਵਿੱਚ ਉਹਨਾਂ ਦੀ ਜਿਹੜੀ ਇਨਿੰਗਸ ਨਵੀਂ ਸ਼ੁਰੂ ਹੋਈ ਹੈ ਉਹ ਕਿੰਨੀ ਕੁ ਸਕਸੈਸਫੁਲ ਰਹਿੰਦੀ ਹੈ ਇੱਕ ਐਸਾ ਸਮਰਥਨ ਉਹਨਾਂ ਦੇ ਹੱਥ ਵਿੱਚ ਹੈ ਇੱਕ ਐਸੀ ਐਡਵਾਂਟੇਜ ਉਹਨਾਂ ਕੋਲ ਹੈ ਜੋ ਕਿ ਬਹੁਤ ਘੱਟ ਅਫਸਰਾਂ ਕੋਲ ਹੋਈ ਹੈ ਕਿਉਂਕਿ ਕਿਸੇ ਨੇ ਐਨੀ ਖੁੱਲ ਕੇ ਵੀ ਜਿਹੜੇ ਸਿਸਟਮ ਦੇ ਨਾਲ ਜਾਂ ਰਸੂਖਦਾਰ ਲੋਕਾਂ ਦੇ ਨਾਲ ਟੱਕਰ ਨਹੀਂ ਲਈ ਹੈ ਇਹੀ ਉਹਨਾਂ ਦੀ ਇਮੇਜ ਤੇ ਰੈਪਿਊਟੇਸ਼ਨ ਹੈ ਉਹਨਾਂ ਦਾ ਕਿਰਦਾਰ ਨਹੀਂ ਹੋ ਸਕਦਾ ਲੇਕਿਨ ਉਹਨਾਂ ਦੀ ਰੈਪਿਊਟੇਸ਼ਨ ਐਡੀ ਮਜ਼ਬੂਤ ਹੈ ਜਿਸ ਦੇ ਨਾਲ ਲੜਨਾ ਕਿਸੇ ਵੀ ਉਮੀਦਵਾਰ ਜਾਂ ਕਿਸੇ ਵੀ ਪਾਰਟੀ ਲਈ ਔਖਾ ਹੋਏਗਾ ਮਹਾਰਾਜ ਅੱਜ ਦੇ ਵੀਡੀਓ ਦੇ ਵਿੱਚ ਇਸ ਫੌਰੀ ਸਿਆਸੀ ਜਿਹੜਾ ਘਟਨਾਕਰਮ ਜਿਸ ਦੇ ਵਿੱਚ ਇੱਕ ਅਹਿਮ ਬਦਲਾ ਆਇਆ ਹੈ ਉਸ ਉੱਤੇ ਗੱਲ ਕਰਨੀ ਜ਼ਰੂਰੀ ਸੀ ਸੋ ਮੈਂ ਸੋਚਿਆ ਅੱਜ ਇਹ ਗੱਲਬਾਤ ਥੋੜੀ ਇਸ ਉੱਤੇ ਕਰਾਂਗੇ ਤੇ ਕੁਝ ਹੋਰ ਜਿਹੜੀਆਂ ਚੀਜ਼ਾਂ ਹੋਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਹੋਰ ਰਿਪੋਰਟਾਂ ਲਈ ਰਿਤੇਸ਼ ਲਖੀ ਅਨਪਲਗ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ